ਕਰੀਏ ਕੀ ਮੈਚ ਸ਼ੁਰੂ ਚੱਲਦੀ ਹੈ ਨਾਲ ਖੇਡ ਮੈਦਾਨ ਦੇ ਵਿੱਚ ਪੰਡੋਰੀ ਦੀ ਬੈਟਿੰਗ ਹੈ ਵੀਰੇ ਪਹਿਲਾਂ ਕਰੀਏ ਜੀ ਮੈਚ ਸ਼ੁਰੂ ਜਲਦੀ ਦੇ ਨਾਲ ਖੇਡ ਮੈਦਾਨ ਵਿੱਚ ਆਓ ਜੀ ਟੀਮਾਂ ਦੇ ਖਿਲਾੜੀ ਅੱਜ ਦੇ ਦਿਨ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਲਾਸਟ ਮੁਕਾਬਲਾ ਮੇਰੇ ਵੀਰੋ ਜਿਹੜਾ ਦੂਜਾ ਮੁਲਕ ਦੇ ਰਾਸ਼ਟਰ ਨੂੰ ਲੱਗਿਆ ਦੋਵਾਂ ਟੀਮਾਂ ਦੇ ਦਰਮਿਆਨ ਸਿਰੇ ਦੀ ਟੱਕਰ ਹੈ ਜਿਹੜੀ ਉਹ ਖੇਡੀ ਜਾਣੀ ਹੈ ਮੇਰੀ ਵੀਰੋ ਦੋਵਾਂ ਟੀਮਾਂ ਦੇ ਵਿੱਚ ਕਿੰਨੇ ਸਾਡੇ ਮਨ ਨੇ ਇੱਕ ਪਾਸੇ ਜਿਹੜੇ ਟੀਮ ਮੇਰੇ ਖੇਡ ਮੈਦਾਨ ਦੇ ਵਿੱਚ ਜਿਹੜੇ ਸਜਮਾਰ ਦੀ ਹੈਗੀ ਹੈ ਸਜਮਾਰ ਦੀ ਟੀਮ ਜਿਹੜੇ ਰੋਪੜ ਦੀ ਦੂਜੇ ਪਾਸੇ ਜਿਹੜਾ ਹੁਸ਼ਿਆਰਪੁਰ ਪੰਡੋਰੀ ਪਿੰਡ ਮੇਰੀ ਵੀਰੋ ਕਰ ਸ਼ੰਕਰ ਦੇ ਇਲਾਕੇ ਦੀ ਟੀਮ ਹੈ ਆਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਗੱਲਾਂ ਬਾਤਾਂ ਹੁੰਦੀਆਂ ਪਹਿਲਾ ਅਵਰ ਕਹਿੰਦੇ ਪਿੰਡ ਆ ਗਿਆ ਬੰਦਾ ਆ ਖੇਡ ਮੈਦਾਨ ਦੇ ਸਜਮਾਰ ਦੀ ਧਰਤੀ ਦਾ ਤੇ ਸਾਹਮਣੇ ਕਪੂਰਥਲੇ ਵਾਲਾ ਨਾਗ ਮੇਰੇ ਵੀਰੇ ਬਾਕੀ ਕਪੂਰਥਲੇ ਵਾਲਾ ਕਹਿੰਦੇ ਨਾਗ ਸਾਹਮਣੇ ਆ ਗਿਆ ਮੁੰਡਾ ਇੱਧਰ ਪੈਗੀ ਬਾਲ ਉਹ ਖੇਡਿਆ ਗਿਆ ਸ਼ਾਰ ਦੇ ਨਾਗ 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 ਆ ਨੀਲੇ ਕਰ ਲੋ ਸਰਦਾਰ ਤੇ ਰਾਤ ਨੂੰ ਸਰਦਾਰ ਮੇਲਾ ਲਾਂਘੇ ਦਾ ਹੈ ਮੇਲਾ ਲਾਂਘੇ ਦਾ ਹੈ ਕੀਤੀ ਭਾਜੀ ਜਿੱਥੇ ਵੀ ਹੈ ਅਮਰਜੀਤ ਭਾਜੀ ਸਾਡੇ ਆਪਾਂ ਸਭੀ ਬਈ ਮਾਇਆ ਦੇ ਗੱਫੇ ਜਿਹੜੇ ਦੇ ਰਹੇ ਹੈ ਆਓ ਸਾਹਮਣੇ ਮੇਰੇ ਲਾਲ ਦੋ ਕਪੂਰਥਲੇ ਵਾਲਾ ਕਹਿੰਦੇ ਉੱਠ ਕੇ ਵਾਪਸ ਚਲਾ ਗਿਆ ਮੇਰੀ ਵੀਰੇ ਆਰ ਖੇਡ ਮੈਦਾਨ ਜਾਓ ਜੀ ਨੈਕਸਟ ਖਿਡਾਰੀ ਜਮੀ ਦੇ ਨਾਲ ਸਾਹਮਣੇ ਚਾਰ ਵਿਭਾਗ ਹੈ ਬੜਾ ਕਲਿਆਣ ਸੁੱਖੇ ਦੀ ਧਰਤੀ ਦਾ ਬਾਕੀ ਕਲਿਆਣ ਸੁੱਖੇ ਦੀ ਧਰਤੀ ਦਾ ਕਹਿੰਦੇ ਕਾਰਤਿਕ ਸਾਹਮਣੇ ਆ ਗਏ ਹੈ ਮੁੰਡਾ ਸਿੱਧੂਆਂ ਦਾ ਕਹਿੰਦੇ ਆ ਗਏ ਹੈ ਹਾਂ ਮੁੰਡੇ ਦੀ ਵੀ ਕਹਿੰਦੇ ਬਹੁਤ ਚੜ੍ਹਾਈ ਹੈ ਜਿਹੜਾ ਕਹਿੰਦੇ ਸਾਹਮਣੇ ਹੈ ਮੁੰਡਾ ਤਿਆਰ ਨਾਲ ਤਿਆਰ ਹੈ ਇੱਧਰ ਬਾਲਾਂ ਪੈਂਦੀਆਂ ਨੇ ਤੇ ਖੇਡ ਮੈਦਾਨ ਦੇ ਵਿੱਚ ਹੈ ਮੁੰਡਾ ਕਹਿੰਦੇ ਬਾਲਾਂ ਪਾਉਣ ਦੇ ਲਈ ਤਿਆਰ ਨਾਲ ਤਿਆਰ ਹੈ ਉਹ ਸਾਹਮਣੇ ਦੇਖੀਏ ਜਿਹੜੇ ਬਠਿੰਡੇ ਵਾਲਾ ਉਹ ਮੁੰਡਾ ਕਹਿੰਦੇ ਸਿੱਧੂਆਂ ਦਾ ਖੇਡ ਮੈਦਾਨ ਦੇ ਵਿੱਚ ਹੈ ਪਰ ਇੱਧਰ ਗੱਭਰੂ ਕਹਿੰਦੇ ਪਾਸੇ ਭੱਜਿਆ ਮੇਰੇ ਮਿੱਤਰ ਆਹ ਮੁੰਡਾ ਕਹਿੰਦੇ ਅਨੰਦਪੁਰ ਸਾਹਿਬ ਦੇ ਇਲਾਕੇ ਦਾ ਰੋਪੜ ਜ਼ਿਲ੍ਹਾ ਮੇਰੇ ਮਿੱਤਰੋ ਤੇ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਆ ਫਿਰ ਤੋਂ ਸਜਮਾਉਣ ਦੀ ਧਰਤੀ ਦਾ ਕਹਿੰਦੇ ਬਾਲਾ ਪਾਉਣ ਲਈ ਤਿਆਰ ਹੈ ਬੇਟਾ ਮੁੰਡਾ ਜਿਹਦੀਆਂ ਬਾਲਾਂ ਧੋ ਰਹੀਆਂ ਨੇ ਇੱਕ ਟੋਪਰ ਖਿਡਾਰੀ ਹੈ ਇੱਕ ਵੱਡਾ ਨਾਮ ਹੈ ਮੇਰੇ ਮਿੱਤਰੋ ਆ ਰੋਪੜੇ ਦਾ ਜਿਹਦੀਆਂ ਬਾਲਾਂ ਪੈਂਦੀਆਂ ਨੇ ਪਰ ਸਾਹਮਣੇ ਦੇਖੀਏ ਉਹ ਗੱਭਰੂ ਕਹਿੰਦੇ ਤਿਆਰ ਹੈ ਉੱਧਰ ਪ੍ਰਬੰਧਕ ਵੀਰਾਂ ਵੱਲੋਂ ਵੱਡੇ ਮਾਣ ਪਿਆਰ ਜਿਹੜੇ ਮੇਰੇ ਵੀਰੋ ਦਿੱਤੇ ਜਾ ਰਹੇ ਆ ਬਹੁਤ ਤਗੜਾ ਖੇਡ ਮਹਿਰਾਜ ਵਾਲੇ ਨੇ ਚਾਰ ਮੁੰਡੇ ਨੂੰ ਆਹ ਸਾਹਮਣੇ ਕਿਹੜੇ ਕਹਿੰਦੇ
ਮੁੰਡਾ ਕਹਿੰਦੇ ਪਿੰਡ ਵਾਲਾ ਮਾਰਿਆ ਪਿੰਡ ਕਹਿੰਦੇ ਜਿਹੜੇ ਖੇਡ ਮੈਦਾਨ ਦੇ ਜਿਸਨੇ ਸਰਕਾਰ ਦੀ ਧਰਤੀ ਨਾ ਮੁੰਡਾ ਕਹਿੰਦੇ ਬਾਲ ਪਾਉਣ ਲਈ ਕਹਿੰਦੇ ਤਿਆਰ ਹੈ ਔਰ ਦੂਜੇ ਪਾਸੇ ਕਹਿੰਦੇ ਕਾਰਤਿਕ ਕਲਿਆਣ ਸੁੱਖਿਆ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਪਿਆਲਾ ਵੱਖਰਾ ਬਾਲ ਡਾਟ ਡਾਟ ਚੋਟੀ ਦੀ ਪਾ ਦਿੰਦੀ ਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਸਿਰੇ ਦੀ ਬਾਲ ਪਾਈ ਆ ਮੁੰਡੇ ਨੇ ਆਹ ਸਜਮਾਰ ਵਾਲਾ ਕਹਿੰਦੇ ਗੱਭਰੂ ਹੈ ਗੁਰਜੀਤ ਢਿੱਲੋਂ ਦੇ ਕਿਸੇ ਜਿਹੜਾ ਬੰਦਾ ਢੰਗਦਾ ਨਾਂ ਰੂਪਾ ਸ਼੍ਰੀ ਕਿਸਾਨ ਸਾਡਾ ਵੀਰ ਹੈ ਨਾਲ ਹੀ ਕਹਿੰਦੇ ਮਾਨਕੀ ਵਾਲਾ ਰਾਮਾ ਵੀਰ ਸਾਡਾ ਉਹਨਾਂ ਵੀਰਾਂ ਦਾ ਕਹਿੰਦੇ ਬਹੁਤ ਬੜਾ ਧੰਨਵਾਦ ਨਾਲ ਹੀ ਕਹਿੰਦੇ ਸੁਰਜੀਤ ਸਿੰਘ ਸੰਧੂ ਆਓ ਸਾਹਮਣੇ ਸੁਰਜੀਤ ਸਿੰਘ ਸੰਧੂ ਸਾਡਾ ਵੀ ਧੰਨਵਾਦ ਹੈ ਉਧਰੋਂ ਚੰਨ ਹੁਸ਼ਿਆਰਪੁਰ ਠਾਕਰ ਹੁਸ਼ਿਆਰਪੁਰ ਸਾਡੇ ਵੀਰ ਨੇ ਸੱਤ ਅੱਠ ਨੌ ਤਰੀਕ ਕਹਿੰਦੇ ਮਾਰਚ ਮਹੀਨਾ ਹੈ ਰੌਣਕਾਂ ਲੱਗਣੀਆਂ ਮੇਰੇ ਵੀਰੇ ਹੁਸ਼ਿਆਰਪੁਰ ਦਾ ਵੱਡਾ ਮੇਲਾ ਕਿਵੇਂ ਲਾਉਂਦਾ ਚੰਨ ਭਾਜੀ ਵੀ ਸਾਡੇ ਪੁੱਜੇ ਹੋਏ ਆ ਨਾਲ ਖੇਡ ਮੈਦਾਨ ਵਿੱਚ ਕਹਿੰਦੇ ਮੇਰੇ ਵੀਰੇ ਬਾਲਾਂ ਬਿੰਦੀਆਂ ਪੈ ਰਹੀਆਂ ਬਿੰਦ ਕਹਿੰਦੇ ਗਾਈ ਖੇਡ ਮੈਦਾਨ ਵਿੱਚ ਕਹਿੰਦੇ ਅਗਲੀ ਬਾਲ ਪਾਉਣ ਲਈ ਤਿਆਰ ਹੈ ਕਲਿਆਣ ਸੁੱਖੇ ਵਾਲਿਆ ਹੋਇਆ ਮੈਚ ਇੱਕ ਚੱਲਣਾ ਭੈਣਾ ਦਾ ਜਾਂਦਾ ਆਹ ਮੈਚ ਵਿੱਚ ਚੱਲਣਾ ਭੈਣਾ ਦਾ ਜਾਂਦਾ ਚੱਲਣਾ ਪੈਣਾ ਲੋਕਾਂ ਨੂੰ ਦੱਸਣਾ ਪੈਣਾ ਵੀ ਮੁੰਡਾ ਪਛੇਤੇ ਵਾਲਾ ਆਇਆ ਹੋਇਆ ਉਹ ਬਾਲ ਪੈਗੀ ਤੇ ਸਤਰੇ ਕਲਿਆਣ ਸੁੱਖੇ ਵਾਲਾ ਉਹ ਕਹਿੰਦਾ ਵੀ ਮੈਂ ਕਿਹੜਾ ਪਲਿਆਣ ਵਾਲਿਆ ਰੋਜ਼ ਰੋਜ਼ ਕਹਿਣਾ ਆਪਾਂ ਛੱਕਾ ਵੀ ਮਾਰ ਦਿੰਦੇ ਹਾਂ ਬਾਕੀ ਉਧਰੋਂ ਮਹਿੰਦਰ ਸਾਡਾ ਵੀਰ ਹੈ ਕਨੇਡਾ ਵਾਲਾ ਉਹਨਾਂ ਦੇ ਸਾਦਰ ਸਾਹਿਬ ਬੜੇ ਸਤਿਕਾਰਯੋਗ ਸ਼ਖਸੀਅਤ ਹੈ ਉਹ ਸਾਡੇ ਦਰਮਿਆਨ ਪਹੁੰਚਿਆ ਅਸੀਂ ਜੀ ਆਏ ਆਖਦੇ ਹਾਂ ਮਹਿੰਦਰ ਕਨੇਡਾ ਦੇ ਸਾਦਰ ਸਾਹਿਬ ਸਾਡੇ ਦਰਮਿਆਨ ਵਿਸ਼ੇਸ਼ ਤੌਰ ਦੇ ਪਹੁੰਚੇ ਹੈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਉਧਰੋਂ ਸਰਪੰਚ ਰਾਣੀ ਪਰਾੜਾ ਹਰ ਕਾਕਾ ਬਾਈ ਸਾਡਾ ਉਹ ਵੀ ਚੇਚੇ ਤੌਰ ਦੇ ਕਿਵੇਂ ਪਹੁੰਚਾ ਹੋਇਆ ਹਰ ਕਿਵੇਂ ਮੇਰੇ ਜਿਹੜੇ ਵੀਰਾਂ ਦਾ ਧੰਨਵਾਦ ਹੈ ਨਾ ਪਹਿਲਾ ਔਰ ਦੂਜੇ ਵਰਗੀ ਸ਼ੁਰੂਆਤ ਕਰਦੇ ਨੇ ਆਹ ਮੁੰਡਾ ਕਹਿੰਦੇ ਜੀਵਨ ਬੁਰੀ ਆ ਬਾਂਗੂ ਆ ਮੇਰੇ ਮਿੱਤਰੋ ਕਹਿ ਸਕਦੇ ਚਾਰ ਪੰਜ ਮੋਟਰਸਾਈਕਲ ਆਹ ਮੁੰਡੇ ਦੇ ਹਿੱਸੇ ਆਇਆ ਜਿਹੜਾ ਕਹਿੰਦੇ ਬਾਲਾਂ ਪਾਉਂਦਾ ਹੈ ਪਰ ਸਭ ਨੇ ਦੇਖੀ ਮੁੰਡਾ ਤਿਆਰ ਤੋਂ ਤਿਆਰ ਹੈ ਪੰਡੋਰੀ ਦੀ ਧਰਤੀ ਆ ਕਹਿੰਦੇ ਗੱਭਰੂ ਅਗਲੀ ਵਾਰ ਫਿਰ ਸਾਹਮਣੇ ਜੀਵਨ ਪੁਰੀ ਆਜਿਆ ਪਾਲਾ ਪਾਂਡਾ ਸ਼ਕੀ ਬੱਜਿਆ ਚੰਦ ਰਿਹਾ ਅੱਜ ਬਘੇਰੇ ਵਾਲਾ ਵੀ ਪਹਿਲੇ ਮੈਚ ਮਗਰ ਪੈ ਗਿਆ ਸੀਗਾ ਔਰ ਆਹ ਮੈਚ ਦੇ ਵਿੱਚ ਕਹਿੰਦੇ ਸ਼ੇਕਾ ਚੋਟੀ ਦਾ ਕਿਹੜੇ ਮਾਰ ਦਿੱਤਾ ਖਿਡਾਰੀ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਮੁੰਡਾ ਕਲਿਆਣ ਸੁੱਖੇ ਦੀ ਧਰਤੀ ਦਾ ਮੇਰੇ ਮਿੱਤਰ ਫਿਰ ਤੋਂ ਕਹਿੰਦੇ ਤਿਆਰ ਵਰ ਤਿਆਰ ਹੈ ਆਹ ਮੁੰਡਾ ਕਹਿੰਦੇ ਜਿਹੜੇ ਪਠੇਟੇ ਵਾਲਾ ਉਹ ਸਾਹਮਣੇ ਤਿਆਰ ਹੈ ਵੀ ਮਾਨ ਸਾਹਿਬ ਪਠੇਟੇ ਵੀ ਮੁੰਡਾ ਉੱਤਰੇ ਆਸਰੇ ਕਦੇ ਅਮਰਤ ਬਾਂਹ ਤੇ ਕਦੇ ਗੀਤਾਂ ਦੇ ਵਿੱਚ ਗੱਲਾਂ ਕੀਤੀਆਂ ਨੇ ਉਹ ਸਾਹਮਣੇ ਖੇਡਿਆ ਗਿਆ ਕਿਆ ਬਾਤ ਆ ਵੇ ਜੱਟਾ ਕਿਆ ਬਾਤ ਹੈ ਸਿਰੇ ਦਾ ਛੱਕਾ ਵਾ ਇਹ ਨਾ ਜਾਂਦਾ ਹੈ
ਵਾਹ ਕਾਰਤਿਕ ਵੱਡਾ ਕਲਿਆਣ ਸੁੱਤੇ ਵਾਲਾ ਪਹਿਲਾ ਬੜਾ ਕਰਾ ਗਿਆ ਜੀਵਨ ਭਰੀ ਮੈਨੂੰ ਲੱਗਦਾ ਲਗਾਤਾਰ ਤੀਜਾ ਖਾ ਗਿਆ ਪਹਿਲਾਂ ਬਾਲਕ ਜਿਹੜੇ ਖੇਡ ਮੈਦਾਨ ਦੇ ਵਿੱਚ ਇਸਲੇ ਡਾਟ ਡਾਟ ਹੋ ਚੁੱਕੀ ਹੈ ਨਾ ਖੇਡ ਮੈਦਾਨ ਦੇ ਅਗਲੇ ਬਾਲ ਅਗਲੀ ਹੋਰ ਫੇਰ ਜਿਹੜਾ ਤਿਆਰ ਪਰ ਤਿਆਰ ਹੈ ਓਵਰ ਕਿਹੜੇ ਦੂਜਾ ਚੱਲ ਰਿਹਾ ਮੈਚ ਕਿਹੜੇ ਦੂਜਾ ਟੂਰ ਕਲੀਅਰ ਚੱਲ ਰਿਹਾ ਆਓ ਸਾਹਮਣੇ ਬਾਲ ਵਾਹਿਗਾ ਇਸ਼ਾਰਾ ਬਾਲਕਿਹੜੀ ਵਾਈਡ ਹੈ ਖੇਡ ਮੈਦਾਨ ਦੇ ਵਿੱਚ ਇੱਧਰ ਬਾਲ ਕਿਹੜੇ ਮੈਰੀ ਹੈ ਜੀਵਨ ਬੁਰੀ ਹੈ ਬੰਦੋ ਮੇਰੇ ਮਿੱਤਰੋ ਇੱਕ ਟੋਪਰ ਕਹਿੰਦੇ ਉਹ ਕਹਿੰਦੇ ਸਾਹਮਣੇ ਵੇਖੀਏ ਉਹ ਮੁੰਡਾ ਕਹਿੰਦੇ ਸਾਹਮਣੇ ਖੇਡੋ ਤਿਆਰ ਹੈ ਆਹ ਜੀਵਨ ਬੁਰੀਆ ਬੰਦੋ ਅੱਗੇ ਵੱਲ ਵਧ ਗਿਆ ਤੇ ਸਾਹਮਣੇ ਤਿਆਰ ਜ਼ੋਰਦਾਰ ਮਾਰ ਦੇ ਚੰਗਾ ਕੈਚ ਕਰ ਗਿਆ ਮੁੰਡਾ ਚੱਕੋ ਵਾਲਾ ਗੁਰੀ ਮੇਰੀ ਵੀਰੇ ਉਧਰੋਂ ਵਿੱਕੀ ਖਾਨ ਸਾਡਾ ਵੀਰ ਧੰਨਵਾਦ ਵਧੀਆ ਬੋਲ ਬੋਲੇ ਸਾਹਮਣੇ ਦਾ ਸੂਰਜ ਚੜੀ ਧੰਨਵਾਦ ਹੈ ਸੂਰਜ ਆ ਗਿਆ ਵੀਰੇ ਵਿਸ਼ੇਸ਼ ਤੌਰ ਤੇ ਕਿਹੜੇ ਅੱਜ ਦੇ ਕੰਮ ਤੇ ਹਾਜ਼ਰੀ ਲਿਆ ਰਿਹਾ ਗੁਰਪ੍ਰੀਤ ਬਲਿਆਲ ਹੈ ਨਾਲ ਲੱਗਾ ਮੈਂ ਰੁਤਾ ਖਿਰੀ ਹੈ ਤੇ ਸੁਰਜੀਤ ਸਿੰਘ ਸਿੰਘ ਕਹਿੰਦਾ ਵੀ ਆਪਾਂ ਤੇ 11 ਦਿਨ ਤੋਂ ਬਾਅਦ ਕਿਸੇ ਹੋਰ ਕੰਮ ਤੇ ਮਿਲਾਂਗੇ ਆਹ ਗੱਲ ਸੁਣ ਕੇ ਮੇਰੇ ਵੀਰੇ ਲਗਾਤਾਰ ਰੌਣਕ ਲੱਗੇ ਰਹਿਣਗੇ ਖੇਡ ਮੈਦਾਨ ਦੇ ਵਿੱਚ ਨਾਲ ਸੋਨੀ ਪਹਿਲੀ ਵਾਰ ਪੰਡੋਰੀ ਵਾਲਾ ਇੱਕ ਸ਼ਾਮ ਆ ਗਿਆ ਆਸਟ੍ਰੇਲੀਆ ਸੁਰਿੰਦਰ ਬਾਈ ਦੇ ਨਾਲ ਗਗਨਦੀਪ ਭਰਾ ਸਾਡਾ ਦੀਪ ਸਿੰਘ ਭੱਗੂ ਕਨੇਡਾ ਅਵਤਾਰ ਕਨੇਡਾ ਅਮਨ ਬਰਾੜ ਕਨੇਡਾ ਗੈਰੀ ਕਨੇਡਾ ਮਨਦੀਪ ਕਨੇਡਾ ਈਟੀ ਖੇਡੂ ਗੁਰੀ ਕਬੱਡੀ ਖਿਡਾਰੀ ਕਰਨੇ ਬੈਟ ਐਕਸਚੇਂਜ ਜਲਦੀ ਤੋਂ ਜਲਦੀ ਮੇਰੀ ਬੇਨਤੀ ਹੈ ਬੱਲਾ ਜਿਹੜਾ ਜਲਦੀ ਤੋਂ ਜਲਦੀ ਐਕਸਚੇਂਜ ਕਰ ਲਾਂਗੇ ਆਜਾ ਨੌਜਵਾਨਾਂ ਭਰ ਕੇ ਵੀਰਿਆ ਮੇਰੀ ਬੇਨਤੀ ਹੈ ਸਮਾਂ ਬਹੁਤ ਹਾਂਜੀ ਮੇਰੀ ਬੇਨਤੀ ਹੈ ਜਿਹੜੇ ਖਿਡਾਰੀ ਆ ਉਹਨਾਂ ਬਾਹਰ ਚਲੇ ਜਾਣ ਮੇਰੀ ਬੇਨਤੀ ਹੈ ਜਾਂ ਬੈਕ ਸਾਈਡ ਤੇ ਗੱਡਾ ਲੱਗਿਆ ਉੱਥੇ ਜਾ ਕੇ ਮੇਰੇ ਮੇਰਾ ਵੀਰ ਧੰਨਵਾਦ ਹੈ ਖੇਡ ਮੈਦਾਨ ਵਿੱਚ ਕੋਈ ਮੇਰੀ ਵੀਰੇ ਚਰਚੇ ਹੁੰਦੇ ਹੈ ਆਹੋ ਸਾਹਮਣੇ ਮੇਰੇ ਵੀਰੋ ਪੈਂਦੀ ਹੀ ਬਾਲ ਉਹ ਬੱਲੇ 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 ਪੰਡੋਰੀ ਪਿੰਡ ਵਾਲਾ ਕਰਾਉਣਾ ਪੈਦਾ ਪੈਦਾ ਆਹ ਰਣ ਕਿਵੇਂ ਚਾਰ ਦਾ ਵਾਅਦਾ ਕਰ ਦਿੱਤਾ ਮੇਰੇ ਵੀਰੇ ਰਣ ਕਿਵੇਂ ਚਾਰ ਫਿਰ ਦਵਿੰਦਰ ਦੀ ਇਹ ਬਾਲਾਂ ਪੈ ਰਹੀਆਂ ਨੇ ਮੇਰੇ ਮਿੱਤਰ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਦਵਿੰਦਰ ਬਾਲਾ ਪਾਉਂਦਾ ਹੈ ਤੇ ਸਾਹਮਣੇ ਦੇਖੀਏ ਆਹ ਮੁੰਡਾ ਕਹਿੰਦੇ ਤਿਆਰ ਹੈ ਪੈਗੀ ਬਾਲ ਤੇ ਖੇਡਿਆ ਗਿਆ ਸ਼ਾਟ ਸਾਡੀ ਬੱਲੇ ਬੱਲੇ ਦਾ ਹਾਰਨਾ ਇੰਡੀਆ ਚ ਔਰ ਬੱਲੇ ਬੱਲੇ ਦਾ ਵਧੀਆ ਵਧੀਆ
ਕਈ ਦਿਨ ਹੋ ਰਹੇ ਆ ਜਿਹੜੇ ਪੈਸ ਜਾਣਗੇ ਉਹਨਾਂ ਨੂੰ ਮੈਨੂੰ ਲੱਗਦਾ ਵੀ ਵਾਸ਼ਿਮ ਸ਼ਿਕਾ ਆਹੋ ਗੱਲਾਂ ਹੋਣਗੀਆਂ ਮੇਰੇ ਵੀਰੇ ਜਿਹੜੇ ਵੇਲੇ ਜਾਣਗੇ ਤੇ ਗੱਲਾਂ ਹੋਣਗੀਆਂ ਹਰ ਕਹਿੰਦੇ ਮੇਰੇ 71,000 52,000 ਤੇ ਪਿੰਡਾਂ ਨੇ ਗੱਡੀ ਹਿੱਲੀ ਜਾਣੀ ਆ ਗੱਡੀ ਸਿਰੀ ਦੇ ਵਿੱਚ ਹਰ ਬਾਬੇ ਚ ਪਹਿਲੀ ਵਾਰ ਇਹ ਗੁਰ ਹੋ ਰਿਹਾ ਹਰ ਸਾਹਮਣੇ ਕਹਿੰਦੇ ਮੇਰੇ ਵੀਰੇ ਬੱਲੇ ਬੱਲੇ ਹੋ ਗਈ ਮੇਰੇ ਵੀਰੇ ਫੇਰ ਬਣਾਵੇ ਦੇ ਹੋਵੇ ਨਾਈ ਅੰਕ ਦੇ ਧਾਤਾਂ ਨੇ ਕਰਵਾ ਰਿਹਾ ਅੰਕੂ ਨੇ ਇੱਕ ਸਕੋਰ ਦਾ ਵਾਧਾ ਆਪਣੀ ਟੀਮ ਲਈ ਕਰ ਦਿੱਤਾ ਹੈ ਨਾਲ ਸ਼ਾਮ ਬੰਦਾ ਖੇਡ ਮੈਦਾਨ ਵਿੱਚ ਪਟੋਰੀ ਪਿੰਡ ਵਾਲਾ ਆਓ ਸਾਹਮਣਾ ਕਰ ਰਿਹਾ ਮੇਰੇ ਵੀਰੇ ਨਾਲ ਸਾਹਮਣੇ ਮੁੰਡਾ ਕਹਿੰਦੇ ਪਿਆਰ ਪਿਆਰਾ ਖੇਡ ਮੈਦਾਨ ਦੇ ਵਿੱਚ ਇੱਧਰ ਬਾਲਾ ਕਹਿੰਦੇ ਚੰਗੀਆਂ ਨੇ ਦਵਿੰਦਰ ਦੀ ਨਾਲ ਸਾਹਮਣੇ ਪਟੋਰੀ ਪਿੰਡਾਂ ਕਹਿੰਦੇ ਮੁੰਡੇ ਦਾ ਜਿਹਨੇ ਸ਼ੌਟ ਕਹਿੰਦੇ ਖੇਡੇ ਆ ਇੱਕ ਰਨ ਦੇ ਵਾਧੇ ਜਿਹੜੇ ਹੋ ਗਏ ਆ ਮੇਰੇ ਮਿੱਤਰੋ ਆਹ ਮੁੰਡਾ ਕਹਿੰਦੇ ਇੱਕ ਰਨ ਦੇ ਵਾਧੇ ਤੇ ਸਾਹਮਣੇ ਦੇਖੀਏ ਅੰਕੂ ਆ ਗਿਆ 53 ਓਵਰ ਸਮਾਪਤ 53 ਤਿੰਨ ਓਵਰ 53 ਖੇਡ ਮੈਦਾਨ ਵਿੱਚ ਕਿੰਨੇ ਬਣ ਗਿਆ ਮੇਰੇ ਵੀਰੇ ਬਲਵੰਤ ਮਿੱਤਰਾ ਪਿੰਡ ਖੇਡਣ ਵਾ ਸਹੀ ਖੇਡ ਕਿੰਨੇ ਬਾਕੀ ਹੈ ਤੁਸੀਂ ਰਹਿੰਦੇ ਆ ਹਜੇ ਦੋ ਮੈਚ ਖੇਡ ਬਾਕੀ ਨੇ ਕੱਲ ਦੋ ਬੋਲ ਕਲੀਅਰ ਹੋਏ ਨੇ ਉਹਨਾਂ ਚੋਂ ਕੱਲ 100 ਤੋਂ ਪਾਰ ਗਈ ਹੈ ਉਹਨਾਂ ਦੋਵਾਂ ਮੈਚਾਂ ਦੇ ਵਿੱਚ ਕੱਲ 100 ਤੋਂ ਪਾਰ ਗਈ ਹੈ ਹਰ ਕਿੰਨੇ ਮੇਰੇ ਵੀਰੇ ਇੱਕ ਦੇ ਵਿੱਚ ਤਾਂ ਮੇਲਾ ਚੇਸ ਵੀ ਹੋਈ ਹੈ ਤੇ ਦੂਜੇ ਨੂੰ ਥੋੜਾ ਕੰਮ ਢਿੱਲਾ ਰਹਿ ਗਿਆ ਹੈ ਆਹੋ ਚਾਚੇ ਕਿੰਨੇ ਮੇਰੇ ਵੀਰੇ ਆਦ ਉੱਪਰ ਵਾਲੇ ਮੈਚ ਦੇ ਵੀ ਹੋਏ ਹੈ ਖੇਡ ਮੈਦਾਨ ਵਿੱਚ ਕਿੰਨੇ ਮੇਰੇ ਵੀਰੇ ਲਾ ਬਾਲ ਬੰਦ ਲਈ ਮੋਹਿਤ ਆ ਗਿਆ ਬੰਦਾ ਸਜਮਾਰ ਦੀ ਧਰਤੀ ਜਦੋਂ ਭਾਗੋ ਮਾਰੇ ਟੂਰਨਾਮੈਂਟ ਕਰਾ ਦਿੱਲੇ ਜਸਰੇ ਦੁਰੀ ਵਾਲੇ ਨੇ ਉਸੇ ਕੱਪ ਵਾ ਵੱਡਾ ਕਹਿੰਦੇ 1.5 ਟਨ ਦੇ ਸੀ ਅਜੇ ਤੁਰਿਆ ਰੋਪੜ ਵਾਲੇ ਖਿਡਾਰੀ ਨੇ ਕਹਿੰਦੇ ਸ੍ਰੀ ਗੱਗੀ ਤੇ ਮੋਹਿਤ ਸਜਮਾਰ ਵਾਲੇ ਨੇ ਉਸੇ ਕੱਪ ਤੇ ਜਿੱਤ ਗਏ ਸ੍ਰੀ ਕਰਾਈ ਬੱਲੇ ਬੱਲੇ ਪਰ ਸਾਹਮਣੇ ਕਹਿੰਦੇ ਨਾਇਨ ਕੌਣ ਸ਼ਾਮ ਪਡੋਰੀ ਪਿੰਡ ਵਾਲਾ ਪਹਿਲੀ ਵਾਰ ਤੇ ਰਣ ਕਹਿੰਦੇ ਸਿੰਗਲ ਜੋੜ ਦਿੱਤਾ ਸਾਹਮਣੇ ਨਾਇਨ ਗਏ ਕੌਣ ਆ ਗਿਆ ਅੱਖੋ ਪਡੋਰੀ ਪਿੰਡ ਵਾਲਾ ਅਜੀ ਗੁਰਪ੍ਰੀਤ ਸਾਹਮਣਾ ਕਰ ਰਿਹਾ ਨਾਇਨ ਆਹੋ ਟੱਕਰ ਸਿਰੇ ਵੀ ਹੈ ਬਾਕੀ ਟੱਕਰ ਕਹਿੰਦੇ ਚੋਟੀ ਵੀ ਹੈ ਖੇਡ ਮੈਦਾਨ ਦੇ ਵਿੱਚ ਇੱਧਰ ਬਾਲ ਪਾਉਣ ਲਈ ਮੁੱਲਾ ਜਿਹੜਾ ਫਿਰ ਤੋਂ ਤਿਆਰ ਤਿਆਰ ਹੈ ਆਓ ਸਾਹਮਣੇ ਖੇਡ ਮੈਦਾਨ ਵਿੱਚ ਕਿਹੜੇ ਗੱਲਾਂ ਬਾਤਾਂ ਬਣੀਆਂ ਆਓ ਸਾਹਮਣੇ ਕਹਿੰਦੇ ਫੋਨ ਵਾਲੇ ਵੀ ਜੁੜ ਗਏ ਸੀਗੇ ਆਓ ਗੱਲਾਂ ਬਾਤਾਂ ਲੱਗੀਆਂ ਟਿਕਾਣੇ ਆਓ ਸਾਹਮਣੇ ਕਹਿੰਦੇ ਬਾਲ ਫੇਰ ਆਓ ਪੈ ਰਹੀ ਆ ਪੰਡੋਰੀ ਵਾਲੇ ਇਹ ਕਰਦੇ ਕੋਈ ਵੱਖਰੀ ਜੀ ਗੱਲ ਆਓ ਸਾਹਮਣੇ ਸਾਹਮਣੇ ਰਣ ਕਹਿੰਦੇ ਸਿੰਗਲ 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 ਖੇਡ ਮੈਦਾਨ ਦੇ ਵਿੱਚ ਇੱਧਰ ਬਾਲਾ ਕਹਿੰਦੇ ਪੈਂਦੀਆਂ ਨੇ ਰੋਪੜ ਜਿਹੜੇ ਵਾਲਾ ਮੁੰਡਾ ਕਹਿੰਦੇ ਬਾਲਾ ਭਾ ਰਹੇ ਹੈ ਟੱਕੋ ਵਾਲਾ ਸਮਝਾਉਂਦਾ ਹੈ ਵੀ ਕਿੱਥੇ ਕਿੱਥੇ ਗੱਪਾ ਮਾਰਨਾ ਆਹ ਲਵੀ ਸ਼ਾਮ ਸਿਓ ਆ ਮੈਚ ਉਹ ਚਾਹੀਦੇ ਛਿੜਕੇ ਪਰ ਇੱਕ ਜੁੜ ਗਿਆ ਹੈ ਇੱਕ ਗੁਰ ਦਾ ਵਾਧਾ ਹੋ ਚੁੱਕਾ ਹੈ ਨਾ ਸਾਹਮਣੇ ਕਿਵੇਂ ਅੰਕੂ ਆ ਗਿਆ ਪਾਉਂਦਾ ਹੈ ਆਖੀ ਅੰਕੂ ਆ ਗਿਆ ਕਹਿੰਦੇ ਸਾਹਮਣੇ ਇੱਧਰ ਮੋਹਿਤ ਦੀਆਂ ਕਹਿੰਦੇ ਬਾਲਾ ਪੈਂਦੀਆਂ ਨੇ ਤੇ ਮੁੱਲਾ ਕਹਿੰਦੇ ਮੋਹਿਤ ਬਾਲਾ ਭਾ ਰਹੇ ਹੈ ਸਰਕਾਰ ਵਾਲੇ ਮੋਹਿਤ ਮੁੱਲਾ ਚ ਪੈਣਾ ਮਾਰਨਾ ਤੈਨੂੰ ਬੰਗੋ ਨੇ ਸਕੀਮਾਂ ਦੱਸੀਆਂ ਵੀ ਕਿੱਥੇ ਕਿੱਥੇ ਟੱਪਾ ਮਾਰਨਾ ਤੈਨੂੰ ਬੰਗੋ ਨੇ ਸਕੀਮਾਂ ਦੱਸੀਆਂ ਵੀ ਕਿੱਥੇ ਕਿੱਥੇ ਟੱਪਾ ਮਾਰਨਾ ਪਰ ਪੰਡੋਰੀ ਵਾਲਿਆ ਤੂੰ ਦੇਖ ਲਾ ਵੀ ਸ਼ਿਕਾ ਕਿੱਥੇ ਮਾਰਨਾ ਪਡੋਰੀ ਵਾਲਾ ਤੂੰ ਦੇਖ ਲੈ ਵੀ ਸ਼ਿਕਾ ਕਿੱਥੇ ਮਾਰਨਾ ਮੋਹਿਤ ਸਜਮਾਰ ਵਾਲਾ ਆਖੋ ਪਡੋਰੀ ਵਾਲਾ ਪੈਂਦਾ ਦੇ ਸਾਰੀ ਟੱਕਰ ਟੱਕਰ ਮੋਹਿਤ ਸਜਮਾਰ ਵਾਲਾ ਚੌਥਾ ਓਵਰ ਦੇ ਨਹੀਂ ਸੀ ਹੁਮਾਨੇ ਪਿੰਡ ਵਾਲੇ ਪਹਿਲੇ ਦੂਜੇ ਦਿਨ ਹੋਰੇ ਦਿਨ ਹੋ ਜਾਂਦਾ ਨਾ ਸਾਹਮਣੇ ਮੇਰੇ ਵੀਰੇ ਖੇਡ ਮੈਦਾਨ ਵਿੱਚ ਆਹ ਬਾਲਾ ਸਿਰੇ ਸਿਰੇ ਗਿਆ ਮੁੰਡਿਆਂ ਨੇ ਕਹਿੰਦੇ ਪਾ ਦਿੱਤੀਆਂ ਸਾਰੀ ਟੀਮ ਐਸਬੀਐਸ ਕਲੱਬ ਦਾ ਆਭਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਿਹੜੇ ਮੇਰੇ ਵੀਰੇ ਵੱਡੇ ਸਹਿਯੋਗ ਦੇ ਰਹੇ ਹੈ
ਖੇਡ ਮੈਦਾਨ ਵਿੱਚ ਫਿਰ ਮੋਹਿਤ ਸਜਮੌਰ ਪਿੰਡ ਵਾਲਾ ਆਸਲਿਆ ਹੋਇਆ ਸਾਹਮਣੇ ਸ਼ਾਮ ਪੰਡੋਰੀ ਵਾਲਾ ਸ਼ਾਮ ਪੰਡੋਰੀ ਵਾਲਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਸ਼ੇਰ ਹੋਵੇ ਜੀ ਸ਼ੇਰ ਹੋਵੇ ਹੈ ਥੋੜੀਆਂ ਕੁਰਸੀਆਂ ਬੈਲ ਤੇ ਕਰਦੇ ਹੋਏ ਨਵੀਂ ਵੀਰੇ ਠੀਕ ਹੈ ਮਾਰਿਆ ਮੈਂ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਬਹੁਤ ਚੰਗੀ ਕੋਸ਼ਿਸ਼ ਕੀਤੀ ਹੈ ਮੁੰਡੇ ਨੇ ਪਰ ਛੱਕਾ ਮਾਰ ਗਿਆ ਮੇਰੀ ਵੀਰੋ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਨਹੀਂ ਜਾਣਾ ਮੋਹਿਤ ਸਜਮਾਰ ਵੀ ਕੱਢੀ ਦਾ ਪੰਡੋਰੀ ਵਾਲਾ ਮੇਰੇ ਨਾਲ ਦਾ ਮੇਰੀ ਐਨ ਇੱਕ ਹੋਰ ਛੱਕਾ ਮਾਰਨਾ ਫਿਰਦਾ ਮੈਨੂੰ ਏਦਾਂ ਲਾਉਣਾ ਸਜਮਾਰ ਵਾਲਿਓ ਆਹ ਬਾਬੇ ਘਰ ਨੂੰ ਫਿਰ ਖੜ ਕੇ ਦਿੱਤਾ ਪੂਰਾ ਭਰ ਕੇ ਛੋੜ ਤ੍ਰੇਕ ਹੋ ਗਿਆ ਤ੍ਰੇਕ ਚਾਰ ਓਵਰ ਦੇ ਤ੍ਰੇਕ ਹੋ ਗਿਆ ਪੰਜਵੇਂ ਓਵਰ ਦੀ ਕਿਤੇ ਸ਼ੁਰੂਆਤ ਕਰਦੇ ਨੇ ਕਿਹੜਾ ਗੱਭਰੂ ਆਵੇਗਾ ਮੈਨੂੰ ਲੱਗਦਾ ਕਿਹਦੇ ਵੱਲ ਪਾਉਣੀ ਹਜੇ ਪਤਾ ਕੁਝ ਨਹੀਂ ਆਓ ਸਾਹਮਣੇ ਸਾਹਮਣੇ ਸਤੀਸ਼ਾ ਜੀ ਬਾਲਰ ਕਿਆ ਬਾਤ ਹੈ ਸਤੀਸ਼ ਆ ਗਿਆ ਚੌਵੀ ਰਨ ਦਿੱਤੇ ਮਗਰ ਦੀਆਂ ਬਾਰਾਂ ਬਾਲਾਂ ਪੰਜ ਪੰਜ ਓਵਰ ਆਪਣੇ ਨਜ਼ਾਰਾ ਲੋਕਾਂ ਨੂੰ ਲਿਆ ਰਿਹਾ ਆਹ ਛੱਕੇ ਲੈ ਰਿਹਾ ਮੇਰੇ ਮਿੱਤਰੋ ਸਾਹਮਣੇ ਵੇਖੀਏ ਰਲ ਪੈਂਦੀ ਹੈ ਸਤੀਸ਼ ਦਾ ਵਧਾਰੇ ਹੈ ਇੱਕ ਬੰਦਾ ਕਦੇ ਮਰਦਾ ਹੈ ਜਿਹੜੇ ਮੁੰਡੇ ਦੀਆਂ ਕਦੇ ਬਾਲਾਂ ਪੈਂਦੀਆਂ ਤੇ ਸਾਹਮਣੇ ਵੇਖੀਏ ਆਹ ਗੱਭਰੂ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਅੰਕੂ ਕਹਿੰਦੇ ਖੇਡ ਗਿਆ ਚਾਰ ਮੇਰੇ ਵੀਰੋ ਛੱਕੇ ਤੋਂ ਬਾਅਦ ਚਾਰ ਜੁੜ ਗਏ ਆ ਛੱਕੇ ਤੋਂ ਬਾਅਦ ਕਹਿੰਦੇ ਚਾਰ ਜੁੜ ਗਏ ਮੇਰੇ ਵੀਰੋ ਖੇਡ ਮੈਦਾਨ ਵਿੱਚ ਲਾ ਖੇਡ ਮੈਦਾਨ ਵਿੱਚ ਕਹਿੰਦੇ ਮੇਰੇ ਵੀਰੋ ਚਾਰ ਰਨਾਂ ਬਾਕੀ ਨੇ ਤਿਹੱਤਰ ਬਣ ਗਏ ਕਈ ਅੰਦਾਜ਼ੇ ਲਾਉਣੇ ਹੋਣਗੇ ਵੀ ਘੱਟੋ ਘੱਟ ਦੋ ਤਿੰਨ ਛੱਕੇ ਹੋਰ ਵੱਜ ਸਕਦੇ ਆ ਪਰ ਖੇਡ ਮੈਦਾਨ ਵਿੱਚ ਕਹਿੰਦੇ ਮੇਰੇ ਵੀਰੋ ਸੋਹਣੀ ਫਿਲਡ ਹੈ ਤੇ ਰਨ ਕੋਈ ਨਹੀਂ ਦੇ ਰਹੇ ਪਰ ਡਹ ਬਚਤੀ ਹੈ ਲਓ ਸਾਹਮਣੇ ਦੇਖੀਏ ਬਾਲ ਜਿਹੜੀ ਡਾਊਟ ਹੋ ਗਈ ਹੈ ਤੇ ਅਗਲੀ ਬਾਲ ਪਾਉਂਦੀ ਮੁੱਲਾ ਕਹਿੰਦੇ ਖੱਟੋ ਕੇਵਲ ਵਾਧਾ ਮੇਰੇ ਮਿੱਤਰੋ ਪੀਬੀ ਅਹੀਆਂ ਬਾਲਾਂ ਨੇ ਤੇ ਸਾਹਮਣੇ ਤੱਕੀਏ ਆਹ ਮੁੰਡਾ ਕਹਿੰਦੇ ਧੂਆ ਮੇਰੇ ਮਿੱਤਰੋ ਪੰਡੋਰੀ ਜੀ ਕਹਿੰਦੇ ਧਰਤੀ ਦਾ ਕਦੇ ਇੰਦਰ ਪੰਡੋਰੀ ਦੇ ਕਹਿੰਦੇ ਚਰਚੇ ਹੋਏ ਆ ਪਰ ਸਾਹਮਣੇ ਦੇਖੀਏ ਵਾਹ ਗੌਰੂ ਹੈ ਐਨ ਬਹਿ ਜਾ ਬਾਬਾ ਘਰਾ ਲਿਆ ਪੰਡਾ ਦੋ ਬਾਲਾਂ ਰਹਿੰਦੀਆਂ ਖੇਡ ਮੈਦਾਨ ਵਿੱਚ ਕਹਿੰਦੇ ਮੇਰੇ ਵੀਰੋ ਰਵੀ ਸੰਧੂ ਸਾਹਿਬ ਤਾਇਆ ਜੀ ਦਾ ਵੀ ਕੋਈ ਨਾ ਕੋਈ ਹੱਲ ਕਰਨਾ ਪੈਣਾ ਆਓ ਸਾਹਮਣੇ ਦੇ ਨਾਲ ਰੱਖਣਾ ਨਾ ਨਹੀਂ ਤੇ ਫਿਰ ਕੋਈ ਨਾ ਕੋਈ ਬਾਬਾ ਪੱਕਾ ਹੈ ਆਓ ਸਾਹਮਣੇ ਬਾਲ ਸਿਰੇ ਦੀ ਹੈ ਰਰ ਸਿੱਕੋਲ ਸਿੱਕੋਲ ਬਾਲ ਮਿਲਣਾ ਵਾ ਹਰੇ ਵੀ ਇੱਕ ਬਾਕੀ ਰਹਿੰਦੀ ਹੈ ਰਾਜੀ ਬਾਲ ਇੱਕ ਬਾਕੀ ਰਹਿੰਦੀ ਹੈ ਛਿਆਸੀ ਬਣ ਗਿਆ ਸਤਾਸੀ ਦਾ ਟਾਰਗੇਟ ਆ
87 ਬਣਾਉਣੇ ਨੇ 86 ਬਣੇ ਵੀਰੇ 87 ਦਾ ਟਾਰਗੇਟ ਲੱਗਣ ਗਿਆ ਗੱਲਾਂ ਟਿਕਾਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰ ਛੱਕੇ ਕਹਿੰਦੇ ਮਾਰਦੇ ਪੈਣੇ ਆ 14-15 ਛੱਕਿਆਂ ਦੀਆਂ ਕਹਿੰਦੇ ਗੱਲਾਂ ਜਿਹੜੀਆਂ ਹੋਣੀਆਂ ਨੇ ਆਹ ਚਾਚੇ ਫਿਰ ਹੋ ਜਾ ਰਹੇ ਆ ਆਓ ਜੀ ਕਰੋ ਫਿਲਿੰਗ ਸੈੱਟ ਟੀਮ ਜਿਹੜੀ ਪਟੋਰੀ ਦੀ ਆਓ ਜੀ ਆਓ ਜਾ ਜੀ ਦੇ ਨਾਲ ਆਰ ਗੱਲਾਂ ਦਾ ਧਾਮਿਆਂ ਮੋਢੀ ਭਰਾ ਸਾਡਾ ਵਜਾ ਹੋਇਆ ਆਰ ਕਿਤੇ ਧੰਗਲਾ ਦਾ ਵੀਰ ਹੋਇਆ ਮੈਚ ਸਿਰੇ ਦਾ ਇਸ ਵਿੱਚ ਮੈਦਾਨ ਦੇ ਵਿੱਚ ਮੈਚ ਸਿਰੇ ਦਾ ਜਲਦੀ ਵੀਰੇ ਜਲਦੀ ਵੀ ਅੱਖੀਆਂ ਉਡੀਕ ਲਏ ਦਿਲ ਮਾਜਾ ਮਾਰਦਾ ਟੂਰਨਾਮੈਂਟ ਦਾ ਦੂਜਾ ਦਿਨ ਜਿਹੜਾ ਸਮਾਪਤੀ ਵੱਲ ਜਾ ਰਿਹਾ ਔਰ ਕੱਲ ਤੀਜਾ ਪੂਲ ਹੋ ਗਿਆ ਫਿਰ ਦਾਸਰੀ ਨੇ ਲਾਸਟ ਪੂਲ ਦੇ ਟੂਰਨਾਮੈਂਟ ਦੁਆਰਾ ਉਸ ਤੋਂ ਬਾਅਦ ਹੁਣ ਲੱਗਣਗੀਆਂ ਇਹ ਚੱਲਦੇ ਰਹਿਣਗੇ ਮੇਲੇ ਨੇ ਵੀਰੋ ਔਰ ਗੱਲਾਂ ਹੁਣ ਵੀ ਹੁੰਦੀਆਂ ਰਹਿਣਗੀਆਂ 13-17 ਮਾਰਚ ਫਿਰ ਆਦਮਪੁਰ ਵਿੱਚ ਕਦੇ 5 ਮੋਟਰਸਾਈਕਲ ਦਿੱਤੇ ਜਾਣਗੇ 5 ਮੋਟਰਸਾਈਕਲ ਜਿਹੜੇ ਮੇਰੇ ਵੀਰੋ ਆਦਮਪੁਰ ਦੀ ਧਰਤੀ ਜਿੱਤੇ ਦਿੱਤੇ ਜਾਣੇ ਆ ਅਮਰਦੀਪ ਭਾਰੀ ਹੋਣੀ ਜੀਤੀ ਭਾਰੀ ਹੋਣੀ ਸਾਡੇ ਵਿਸ਼ੇਕਾਰ ਦੇ ਧੰਨਵਾਦ ਹੈ ਕਿਤੇ ਸਾਡਾ ਭਾਰੀ ਸ਼ੇਖਰਾਂ ਦਾ ਟੀਕਾ ਉਹਨਾਂ ਦਾ ਵੀ ਸੀ ਵਿਸ਼ੇਕਾਰ ਦੇ ਧੰਨਵਾਦ ਕਰਦੇ ਸਾਰੇ ਵੀਰ ਸਾਡੇ ਔਰ ਜਿਹੜੇ ਇੰਨਾ ਭਰਾਵਾਂ ਦੀ ਗੱਲ ਵੱਖਰੀ ਹੈ ਇਹਨਾਂ ਭਰਾਵਾਂ ਨੂੰ ਤੇ ਦਿਨ ਰਾਤ ਇੱਕ ਕਰ ਦਿੱਤਾ ਔਰ ਜਦੋਂ ਵੀ ਟੂਰਨਾਮੈਂਟ ਕਰਵਾਉਂਦੇ ਤੇ ਮੇਰੇ ਵੀਰੋ ਬੰਦੇ ਯੋਗਦਾਨ ਭੇਜਦੇ ਵੀਰ ਸਾਡੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਦੂਸਰੀ ਜਿਹੜੀ ਸ਼ੁਰੂਆਤ ਪਹਿਲਾ ਵਾਰ ਵੱਡਾ ਕਹਿੰਦੇ ਮੇਰੇ ਵੀਰੋ ਬਾਲ ਤੰਦਰੀ ਨਾਲ ਕਪੂਰਥਲੇ ਵਾਲਾ ਤਿਆਰ ਸਾਹਮਣੇ ਰਵੀ ਰਾਏ ਵੱਡਾ ਕਹਿੰਦੇ ਮੇਰੇ ਵੀਰੋ ਬਾਬੋ ਜੀਵਨ ਪੁਰੀ ਆ ਬਾਕੀ ਕਹਿੰਦੇ ਜੀਵਨ ਪੁਰੀ ਆ ਬਾਬੋ ਕਹਿੰਦੇ ਸਾਹਮਣੇ ਆ ਗਏ ਇੱਧਰ ਕਹਿੰਦੇ ਰਕੇਸ਼ ਹੁੰਡਾ ਥਾਪਰ ਪਰਿਵਾਰ ਦਾ ਮੇਰੇ ਮਿੱਤਰੋ ਬਾਲ ਤੰਦਰੀ ਕਹਿੰਦੇ ਤਿਆਰ ਦਾ ਤਿਆਰ ਹੈ ਲੋਕੀ ਨਾਗ ਨਾਲ ਕਹਿੰਦੇ ਆ ਇਹ ਕਪੂਰਥਲੇ ਵਾਲਾ ਨਾਗ ਮੇਰੇ ਮਿੱਤਰੋ ਫੇਰ ਮੈਦਾਨ ਦੇ ਵਿੱਚ ਕਲਕੱਤੇ ਦੇ ਵਿੱਚ ਵੀ ਬੱਲੇ ਬੱਲੇ ਕਰਵਾ ਕੇ ਜਿਹੜੇ ਮੁੰਡੇ ਨੇ ਬਾਲਾਂ ਪਾਉਣੀਆਂ ਨੇ ਪਰ ਸਾਹਮਣੇ ਦੇਖੀਏ ਆ ਬੰਦੋ ਕਹਿੰਦੇ ਜੀਵਨਪੁਰ ਦੀ ਧਰਤੀ ਦਾ ਰਾਹ ਸਾਹਮਣੇ ਮੇਰੇ ਵੀਰੋ ਦੋਵਾਂ ਖਿਡਾਰੀਆਂ ਨੇ ਇੰਨਾ ਕੁ ਸੰਘਰਸ਼ ਕੀਤਾ ਨਾ ਤੇ ਆਪਣੇ ਘਰ ਦੇ ਵਿੱਚੋਂ ਗਰੀਬੀ ਧੱਕੇ ਮਾਰ ਮਾਰ ਕੱਢੀ ਹੈ ਭਾਵੇਂ ਗੱਲ ਬਾਂਗੋ ਦੀ ਹੈ ਭਾਵੇਂ ਗੱਲ ਨਾਗ ਦੀ ਹੈ ਮੇਰੇ ਵੀਰੋ ਆ ਕ੍ਰਿਕਟ ਹੈ ਨਾ ਇਹਨੇ ਕਈਆਂ ਘਰਾਂ ਦੀ ਗਰੀਬੀਆਂ ਨੇ ਦੂਰ ਕੀਤੀ ਹੈ ਵੀ ਸਾਈਕਲ ਨਹੀਂ ਸੀ ਜਿਹਨਾਂ ਦੇ ਉੱਤੇ ਨਸੀਬ ਹੁੰਦੇ ਕਦੇ ਉਹਨਾਂ ਨੇ ਵੀ ਤੂੰ ਦਿਨ ਫੇਰੇ ਤੈਨੂੰ ਖੇਡ ਕੇ ਕ੍ਰਿਕਟ ਮੈਂ ਕਈ ਲੋਕੀ ਜਿੱਦੇ ਦੇਖੇ ਬਹੁਤ ਸਾਰੇ ਗੱਡੀਆਂ ਦੇਖੇ ਗਏ ਨੇ ਜਿਹੜੇ ਦਿੱਲੀ ਦਾ ਅੰਦਰ ਤਰਸਦੇ ਸੀ ਲਵਾਤੇ ਉਹਨਾਂ ਨੂੰ ਦੇਸ਼ਾਂ ਦੇ ਤੌਰ ਤੋਂ ਛੱਡ ਕੇ ਜਾਵਾਂ ਨੀ ਕ੍ਰਿਕਟੇ ਮੈਂ ਤੇਰੇ ਕਈਆਂ ਘਰਾਂ ਦੀ ਧਰਤੀ ਗਰੀਬੀ ਦੂਰ ਤੋਂ ਕਈਆਂ ਘਰਾਂ ਦੀ ਧਰਤੀ ਗਰੀਬੀ ਦੂਰ ਤੋਂ ਨਾਲ ਸਾਹਮਣੇ ਕਹਿੰਦੇ ਨਾਮ ਕਪੂਰਥਲੇ ਵਾਲਾ ਸਾਹਮਣੇ ਮੋਹੇ ਤੋਂ ਤੁਹਾਡਾ ਸਰਕਾਰ ਦੀ ਧਰਤੀ ਨੂੰ ਬਿਲਕੁਲ ਪਿਆਰ ਦਾ ਪਿਆਰ ਹੈ ਬਾਕੀ ਮੋਹਿਤ ਕਹਿੰਦੇ ਸਾਹਮਣੇ ਆਪਣੇ ਇੱਧਰ ਰਕੇਸ਼ ਥਾਪਰ ਦੀ ਜਿਹੜੇ ਬਾਲਾ ਭਰ ਰਹੀ ਹੈ ਵੀ ਹੁੰਡਾ ਕਪੂਰਥਲੇ ਵਾਲਾ ਕਹਿੰਦੇ ਨਾਗ ਬਾਲਾ ਭਰ ਰਹੇ ਹੈ ਅੱਗੇ ਵੱਲ ਵੱਧ ਗਿਆ ਉਹ ਖੇਡਿਆ ਗਿਆ ਸ਼ਾਨ ਉਹ ਬੱਲੇ ਬੱਲੇ ਹੋ ਗਈ ਮੁੜ ਗਿਆ ਵੱਡਾ ਸਵੀਮਾਰ ਵਾਲਾ ਆਹ ਕਹਿੰਦੇ ਆਊਟ ਹੋ ਗਏ ਵਾਪਸ ਚਲਾ ਗਿਆ ਮੇਰੇ ਵੀਰੋ ਖੇਡ ਮੈਦਾਨ ਵਿੱਚ ਇਸ ਲਈ ਵੱਡੀ ਸਫਲਤਾ ਕਹਿੰਦੇ ਮਿਲ ਗਈ ਹੈ ਉਧਰੋਂ ਕਹਿੰਦੇ ਮੁਖਰਾਣ ਚ ਜਦੋਂ ਟੂਰਨਾਮੈਂਟ ਹੋਇਆ ਭਿੰਡ ਭਰਾ ਸਾਡਾ ਕਹਿੰਦੇ ਜੂਏ ਸੇ ਵਾਲਾ ਉਹ ਕਹਿੰਦਾ ਜਿਹੜਾ ਖਿਡਾਰੀ
ਮੈਂ ਨਾ ਉਹਦੀ ਸਰੀਰ ਬਣਿਆ ਪਿੰਡ ਵਾਲਾ ਉਹਨੂੰ ਵਿਦੇਸ਼ੀ ਟੂਰ ਹੋਣਾ ਵਿਦੇਸ਼ੀ ਟੂਰ ਹੋਣਾ ਮੇਰੀ ਵੀਰੋ ਹਰ ਗੱਲਾਂ ਬਾਤਾਂ ਹੋਣਗੀਆਂ ਮੇਰੀ ਵੀਰੋ ਮੁਹੱਲੇ ਦੇ ਵਿੱਚ ਵੱਡਾ ਮੇਲਾ ਆਉਣਾ ਜਿਹੜੇ ਕੰਮ ਦਿੱਤੇ ਜਿਹੜੇ ਮੇਰੇ ਵੀਰੋ 8 ਅਕਤੂਬਰ ਹਰ ਇੱਕ ਮੈਚ ਦਿੱਤੇ ਜਾਂਦੇ ਹੈ ਪਹਿਲੇ ਦਿਨ ਤੋਂ ਲੈ ਕੇ 9 ਦਿਨ ਦਾ ਟੂਰਨਾਮੈਂਟ ਹੁੰਦਾ ਹੈ ਨਵੀਂ ਲਿਹਾਜ਼ ਵਾਲਿਆ ਉੱਥੇ ਵੀ ਰੌਣਕਾਂ ਲੱਗਣੀਆਂ ਮੁਹੱਲਿਆਂ ਦੇ ਵਿੱਚ ਪਰ ਮੈਨੂੰ ਲੱਗਦਾ ਭੰਗੜੇ ਪੈ ਗਏ ਹੈ ਉਹ ਨਾਗ ਦੀਆਂ ਬਾਲਾਂ ਵਧੀਆ ਲੱਗੀਆਂ ਤਾੜੀਆਂ ਜ਼ੋਰਦਾਰ ਮਾਰਦੇ ਬਾਕੀ ਤਾੜੀਆਂ ਬੰਦਰੀਆਂ ਦੇਰੀਆਂ ਨਾਜਾਂ ਦੇ ਨਾਂ ਤੇ ਕਹਿੰਦੇ ਬੱਲੇ ਬੱਲੇ ਕਰਾ ਦਿੱਤੀ ਹੈ ਗੱਭਰੂ ਨੇ ਫਿਰ ਮੈਦਾਨ ਤੇ ਵੇਚਿਆ ਬਾਜਰੀ ਫਿਰੋ ਪੈਂਦੀ ਹੈ ਰਕੇਸ਼ ਦੇ ਸਾਪਰ ਪਰਵਾਲ ਆ ਉਹ ਮੁੰਡਾ ਬਾਲਾ ਟਾਪ ਟਾਪਦੀ ਆ ਉਹ ਪੌਦਾ ਦੇ ਡੰਡੇ ਬੱਲੇ ਵਾਲੇ ਪੱਟ ਪੱਟ ਮਾਰਦਾ ਆਹ ਮੁੰਡਾ ਕਹਿੰਦੇ ਸਾਹਮਣੇ ਵੇਖੀਏ ਮੁੰਡਾ ਸਾਪਰ ਪਰਵਾਲ ਦਾ ਬਾਲ ਪੌਦੇ ਲਈ ਅੱਗੇ ਵੱਲ ਵੱਧ ਗਿਆ ਆਹ ਜੋੜੀ ਜਦ ਤੱਕ ਖੜੀ ਆ 87 ਦੀ ਚੇਸ ਹੋਣਗੇ ਜਦ ਤੱਕ ਆਹ ਜੋੜੀ ਖੜੀ ਹੈ ਗੁਰੀ ਦੀ ਤੇ ਨਾਲ ਬਾਂਗੋ ਦੀ ਕਹਿੰਦੇ ਮੇਰੇ ਇਹਦੇ ਗੱਲ ਵੱਖਰੀ ਹੈ ਖੇਡ ਮੈਦਾਨ ਦੇ 4 ਸਕੋਰਾਂ ਦਾ ਵਾਧਾ ਮਾਈਆਂ ਖੇਡ ਮੈਦਾਨ ਵਿੱਚ ਇਸਰੇ ਕਹਿੰਦੇ ਗੁਰੀ ਸਰਦਾਰ ਪਿੰਡ ਵਾਲਾ ਆਪਣੀ ਟੀਮ ਲਈ ਕਰ ਰਿਹਾ ਹੋਇਆ ਅਗਲੀ ਬਾਲ ਫੇਰ ਗਬਰੂ ਪਾਉਂਦ ਜੀ ਕਹਿੰਦੇ ਤਿਆਰ ਵਾਰ ਤਿਆਰ ਹੈ ਬਾਹਰ ਵਾਲੇ ਨੂੰ ਮੋਟਰਸਾਈਕਲ ਦਿੱਤਾ ਜਾਣਾ ਹੈ ਪਿੰਡ ਵਾਲੇ ਨੂੰ ਗੱਡੀ ਹੈ ਚੋਣੋ ਬਸ ਮਸ਼ੀਨਾ ਆਪ ਸਾਹਮਣੇ ਦੇਖਾਂਗੇ ਇੱਕ ਦੋ ਤੇ ਵਿਚਾਰ ਕਪੂਰਥਲੇ ਵਾਲਾ ਕਹਿੰਦੇ ਨਾਗ ਬਾਲਾ ਪਾ ਰਹੇ ਮੇਰੀ ਮਿੱਤਰੋ ਖੇਡ ਮੈਦਾਨ ਦੇ ਵਿੱਚ ਬੰਦਾ ਕਹਿੰਦੇ ਦਾਨ ਪੌਦਲੀ ਜਿਹੜਾ ਆਹ ਤਿਆਰ ਵਰ ਤਿਆਰ ਹੈ ਸਾਹਮਣੇ ਦੇਖੀਏ ਗੱਭਰੂ ਜਿਹੜਾ ਖੇਡ ਮੈਦਾਨ ਦੇ ਵਿੱਚ ਜਿਹੜਾ ਫਿਰ ਤੋਂ ਤਿਆਰ ਰੋਪੜ ਦਾ ਕਹਿੰਦੇ ਇਲਾਕਾ ਮੁੰਡੇ ਆਨੰਦਪੁਰ ਸਾਹਿਬ ਦੇ ਇਲਾਕੇ ਦੇ ਸਾਹਮਣੇ ਦੇਖੀਏ ਰਣਚਾਰ ਦੇ ਵਾਧੇ ਨਾਜਮਨ ਜਿਹੜਾ ਕਰ ਗਿਆ ਵੀ ਜੋੜੀਆਂ ਹੁਣ ਬਣੀਆਂ ਕਿਸਾਰ ਜੋੜੀਆਂ ਹੁਣ ਬਣੀਆਂ ਉਹ ਬੰਦਾ ਸਾਹਮਣੇ ਦੇਖੀਏ ਰਣਚਾਰ ਦੇ ਵਾਧੇ ਕਰ ਗਿਆ ਤੇ ਕਿੰਨੇ ਬਣ ਗਿਆ ਲੈਵਲ ਰੂਪ ਫੇਰੀ ਜੀ ਦੱਸੋਗੇ ਹੁਣ ਪੰਡੋਰੀ ਵਾਲਿਓ ਆ ਜਾਓ ਪੂਰੇ ਤੁਸੀਂ ਹੁਣ ਆ ਜਾਓ ਪੂਰੇ ਤੁਸੀਂ ਮੇਰਾ ਵੀਰ 1 ਅਕਤੂਬਰ 11 ਆਓ ਸਾਹਮਣੇ ਵਾਲੀ ਕਾਰ ਤੇ ਗਏ ਮੈਚ ਫਿਰ ਆਉਣਾ ਹੈ ਮੈਂ ਆਹ ਨਜ਼ਾਰਾ ਵੱਖਰਾ ਹੈ ਖੇਡ ਮੈਦਾਨ ਦੇ ਵਿੱਚ ਕਹਿੰਦੇ ਗਰੀਬੇ ਚਰਚੇ ਵੱਡੇ ਹੈ ਇੱਕ ਮਿੰਟ ਬਾਅਦ ਕਹਿੰਦੇ 11 ਬਣ ਗਿਆ ਲੈਵਲ ਤੇ ਨਿਗਾਹ ਰੱਖੀ ਹੈ ਕਿਆ ਬਾਤ ਹੈ ਆਓ ਸਾਹਮਣੇ ਕਹਿੰਦੇ ਮੇਰੇ ਵੀਰੋ ਕਹਿੰਦਾ ਵੀ ਕਹਿ ਦਿਓ ਵੀ ਸਿਰੇ ਹੋਇਆ ਹੈ ਦੁੱਖ ਜੁੜ ਰਹੇ ਹੈ ਆਹੋ ਖੇਡ ਮੈਦਾਨ ਵਿੱਚ ਲਓ ਸਾਹਮਣੇ ਦੇਖੀਏ ਬਾਲ ਪਾਉਣ ਲਈ ਮੁੰਡਾ ਜਿਹੜਾ ਤਿਆਰ ਹੈ ਸੋਨੂ ਦੀਆਂ ਬਾਲਾਂ ਪੈ ਰਹੀਆਂ ਨੇ ਪੰਡੋਰੀ ਵਾਲਾ ਕਹਿੰਦੇ ਮੁੰਡਾ ਬਾਲਾ ਪਾਉਣ ਲਈ ਅੱਗੇ ਪੌਂਗੋ ਜੀਵਨਪੁਰੀਆ ਖੇਡ ਮੈਦਾਨ ਵਿੱਚ ਕਹਿੰਦੇ ਮੇਰੇ ਵੀਰੋ ਜ਼ਿਲ੍ਹੇ ਲੁਧਿਆਣੇ ਦਾ ਆਹ ਕਹਿੰਦੇ ਜੀਵਨਪੁਰ ਪਿੰਡਾ ਕਦੇ ਸੁੱਤਵਾਲ ਕਦੇ ਢੇਰੀ ਕਦੇ ਮੇਹਰਵਾਲ ਕਦੇ ਤੂਲ ਵਾਲਾ ਬੜੇ ਮਸ਼ਹੂਰ ਪਿੰਡ ਕਦੇ ਸੀਧਾ ਪਿੰਡ ਕਹਿੰਦੇ ਜ਼ਿਲ੍ਹੇ ਲੁਧਿਆਣੇ ਦੇ ਉਸੇ ਇਲਾਕੇ ਦੀ ਗੱਲ ਹੈ ਨਾਲ ਸਾਹਮਣੇ ਛੱਕਾ ਦੂਜਾ ਬੱਜ ਗਿਆ ਮੇਰੇ ਵੀਰੋ ਛੱਕਾ ਕਹਿੰਦੇ ਦੂਜਾ ਰੱਜ ਗਿਆ ਖੇਡ ਮੈਦਾਨ ਦੇ ਵਿੱਚ ਆਹ ਮੁੰਡਾ ਬਾਲ ਪੌਂਦਲੀ ਜਿਹੜਾ ਫਿਰ ਤੋਂ ਤਿਆਰ ਤਿਆਰ ਹੈ ਇੱਧਰ ਸੋਨੂ ਦੀਆਂ ਵਾਲਾਂ ਨੇ ਪਰ ਸਾਹਮਣੇ ਜੀਵਨਪੁਰੀ ਆ ਛੱਕੇ ਫੇਰ ਮਾਰਨਾ
ਮੁੰਡਾ ਆਓ ਸਾਹਮਣੇ ਬਾਲ ਹਵਾ ਦੇ ਵਿੱਚ ਆਓ ਸ਼ਕਦਾਰ ਆਓ ਸਾਹਮਣੇ ਬਟੋਰੀ ਵਾਲਿਆਂ ਚੰਦਰਿਆ ਗਲਤੀਆਂ ਮਹਿੰਗੀਆਂ ਪੈਣਗੀਆਂ ਬਾਕੀ ਮਹਿੰਗੀਆਂ ਪੈਣਗੀਆਂ ਜੇ ਕਿਤੇ ਖੜ ਗਿਆ ਤੇ ਇਹ ਛੱਡਿਆ ਦੇਣੇ ਕਿਸੇ ਨੂੰ ਨੀ ਛੱਡਣਾ ਇਹ ਛੱਡਿਆ ਇਹਨੇ ਕਿਸੇ ਨੂੰ ਨੀ ਸਿੱਧਾ ਸਿੱਧਾ ਕਹਿੰਦੇ ਵੀ ਓਵਰ ਟਾਈਮ ਪਾਉਣਾ ਸਿੱਧਾ ਸਿੱਧਾ ਕਹਿੰਦੇ ਜਦੋਂ ਓਵਰ ਟਾਈਮ ਪਾਉਣਾ ਜਿਨ੍ਹਾਂ ਨੇ ਫੋਲੋ ਨਹੀਂ ਕਰਾਇਆ ਪੇਜ ਨੂੰ ਫੋਲੋ ਕਰ ਲਓ ਆਓ ਸਾਹਮਣੇ ਕਹਿੰਦੇ ਸਾਹਮਣਾ ਵੱਡਾ ਕਹਿੰਦੇ ਘਟਾ 10,000 ਫੋਲੋ ਨੇ ਤਿਆਰ ਹੈ ਆਓ ਸਾਹਮਣੇ ਸ਼੍ਰੀ ਸੋਨੂੰ ਲਾਇਆ ਪਰ ਮੁੰਡੇ ਨੇ ਕਹਿੰਦੇ ਮੈਚ ਦੇ ਵਿੱਚ ਵਾਪਸੀ ਕੀਤੀ ਹੈ ਮੇਰੇ ਮਿੱਤਰੋ ਤਾਰ ਪਾਉਂਦਲੀ ਗੱਭਰੂ ਜਿਹੜਾ ਫਿਰ ਤੋਂ ਤਿਆਰ ਦਾ ਤਿਆਰ ਹੈ ਇੱਧਰ ਪੈਂਦੀਆਂ ਹੋਈਆਂ ਬਾਲਾਂ ਨੇ ਮੁੰਡਾ ਕਹਿੰਦੇ ਫੇਰ ਗੁਦਾਮ ਦੇ ਵਿੱਚ ਪੰਡੋਰੀ ਵਾਲਾ ਕਹਿੰਦੇ ਕੇਵਲ ਵੱਧ ਗਿਆ ਪਰ ਜੀਵਨਪੁਰੀ ਆ ਇਹ ਛੱਡਿਆ ਸੀ ਇਹ ਕੱਲੇ ਕੱਲੇ ਦਾ ਹੁਣ ਘਰ ਦਾ ਟੁੱਟਾ ਫਿਰਕਾ ਕੇ ਛੱਡ ਗਿਆ ਹੋਊਗਾ ਇਹ ਹੁਣ ਕੱਲੇ ਕੱਲੇ ਨੂੰ ਘਰੇ ਛੱਡ ਕੇ ਆਊਗਾ ਮੈਨੂੰ ਲੱਗਦਾ ਵੀ ਇੱਥੋਂ ਮੇਨ ਸੜਕ ਕਿਤੇ ਪਿੰਡ ਨੂੰ ਨਾ ਲੰਘਦੇ ਘਰੇ ਤੋਂ ਨਹੀਂ ਛੱਡਦਾ ਪਰ ਕਹਿੰਦੇ ਮੇਰੇ ਵੀਰੇ ਗੱਲਾਂ ਤੇ ਹੋਰ ਗਈਆਂ ਆਓ ਸਾਹਮਣੇ ਚੜਦੇ ਹੋਣਗੇ ਆਓ ਛੱਡਾ ਕਹਿੰਦੇ ਮੇਰੇ ਵੀਰੇ ਹੋਰ ਵੱਧ ਗਿਆ ਅਗਲੀ ਵਾਰ ਫੇਰ ਬੱਲੇ 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 ਕੱਲੇ ਆ ਛੱਡਿਆ ਸੀ ਇਹ ਹੁਣ ਇਹਨਾਂ ਦੇ ਛੱਡੀ ਜਾਂਦਾ ਹੁਣ ਇਹਨਾਂ ਦੇ ਛੱਡੀ ਜਾਂਦਾ ਆਓ ਸਾਹਮਣੇ ਪੰਜਾਹ ਰਹਿ ਗਏ ਆ ਗਿਆ ਉਹ ਜਿਹਨੇ ਛੱਡਿਆ ਕੈਚ ਤੇ ਬਣਾ ਕੇ ਦਿੱਤਾ ਦੂਜੀ ਦੀ ਨੂੰ ਮੈਚ ਆਓ ਸਾਹਮਣੇ ਸ਼ਾਮ ਪੰਡੋਰੀ ਵਾਲਾ ਪੰਡੋਰੀ ਵਾਲਾ ਸ਼ਾਮ ਆ ਗਿਆ ਮੇਰੀ ਮਿੱਤਰ ਨਾਮ ਦੇ ਵਿੱਚ ਤੀਜੇ ਵਾਰ ਦੀ ਸ਼ਲਾਦ ਜਿਹੜੇ ਹੋਣ ਲੱਗੀ ਹੈ ਬਹੁਤ ਵੱਡਾ ਮੇਰੇ ਧਰਨਾ ਵੈ ਯੂਐਸਏ ਲੈਵਲ ਐਸ ਬੀ ਐਸ ਦਬਾਬਾ ਇਹਨਾਂ ਸਾਰੀ ਕਦੇ ਟੀਮ ਦਾ ਬਹੁਤ ਵੱਡਾ ਮੇਰੇ ਧਰਨਾ ਵੈ ਨਾਲ ਹੀ ਕਦੇ ਅਮਰਜੀਤ ਆਦਮਪੁਰ ਜੀ ਨਾਲ ਜਸਪ੍ਰੀਤ ਸਿੰਘ ਯੂਐਸਏ ਮੁਕੇਸ਼ ਯੂਐਨਏ ਦਮਨ ਨੂਰਪੁਰ ਜੱਠਾ ਲਵ ਨੂਰਪੁਰ ਜੱਠਾ ਮਨਦੀਪ ਆਸਟ੍ਰੇਲੀਆ ਵਰਿੰਦਰ ਭਰਾਏ ਸਾਡਾ ਗਗਨਦੀਪ ਵਰਗੇ ਦੀਪ ਭੰਗੂ ਕਨੇਡਾ ਅਵਤਾਰ ਕਨੇਡਾ ਨਾਲ ਅਮਨ ਬਰਾੜ ਕਨੇਡਾ ਗੈਰੀ ਕਨੇਡਾ ਮਨਦੀਪ ਕਨੇਡਾ ਜੀਤੀ ਚਹਿੜੂ ਵਾਲਾ ਭਰਾ ਹੈ ਅੱਜ ਵੱਡਾ ਮੇਲਾ ਕਹਿੰਦੇ ਕਰਵਾਇਆ ਵੀਰਾਂ ਨੇ ਪੂਰੀ ਕਬੱਡੀ ਖਿਡਾਰੀ ਰੈਪੋ ਕਹਿੰਦੇ ਸਾਡਾ ਵੀਰਾ ਗੁਰਪ੍ਰੀਤ ਆ ਕੰਟਰੀ ਦਾ ਅੱਗੇ ਦੁਬਾਰਾ ਮੁਕੇਸ਼ ਜੂ ਇੰਨੇ ਕਿਹੜੀ ਕੰਟਰੀ ਮਾਰ ਜਾਂਦਾ ਹੈ ਫੋਲੋ ਕਰ ਲੋ ਮੇਰੇ ਭਰਾਵਾਂ ਨੇ ਨਹੀਂ ਫੋਲੋ ਕੀਤਾ ਯਾਰ ਸਿਰਫ 300 ਫੋਲੋ ਚਾਹੀਦੇ ਸਾਨੂੰ ਹੋਰ ਤੇ 10,000 ਹੋ ਜੂਗਾ ਧੰਨਵਾਦ ਹੀ ਹੋ ਹਾਂ ਸੱਟ ਲੱਗੀ ਉੱਥੇ ਤੇ ਗੱਲਾਂ ਬਾਤਾਂ ਹੁੰਦੀਆਂ ਹੈ ਖੇਡ ਮੈਦਾਨ ਦੇ ਵਿੱਚ ਬਾਲ ਫੇਰ ਪੈ ਰਹੀ ਹੈ ਖੇਡ ਦੇ ਮੈਦਾਨ ਵਿੱਚ ਕਦੇ ਮੇਰੇ ਵੀਰੋ ਲੈ ਵੀ ਕਾਰ ਤੇ ਕਦੇ ਵੀ ਇਹ ਚੀਜ਼ਾਂ ਮਹਿੰਗੀਆਂ ਮਾਈਆਂ ਨਾਲ ਮੁੜ ਕੇ ਨਹੀਂ ਆਉਂਦੀਆਂ ਆਓ ਸਾਹਮਣੇ ਮੇਰੇ ਵੀਰੋ ਖੇਡ ਮੈਦਾਨ ਵਿੱਚ ਖੇਡ ਮੈਦਾਨ ਹੋ
ਆ ਗਿਆ ਆ ਗਿਆ ਨਾਗ ਨੇ ਤਾਂ ਦੋ ਆਊਟ ਕਰਤੇ, ਐਕਸ਼ਨ ਵੀ ਬਣਾ ਗਿਆ ਉਹ ਗੁਰੀ ਨੂੰ ਤੇ ਮੋਹਿਤ ਨੂੰ ਆਊਟ ਕਰਕੇ। ਪਹਿਲਾਂ ਓਵਰ ਬਹੁਤ ਚੰਗਾ ਪਾਤਾ ਨਾਗ ਨੇ, ਪਰ ਆਹ ਜਦੋਂ ਤੱਕ ਮਿਸਟਰ ਬੋਂਗੋ ਖੜਾ ਵਾ ਔਖਾ ਪੰਡੋਰੀ ਵਾਲਿਆਂ ਦਾ। ਹੁਣ ਵਾਪਸੀ ਹੋ ਸਕਦੀ ਹੈ, ਹਰ ਸਾਹਮਣੇ ਬਾਲ ਫੇਰ ਜਿਹੜੀ ਖੇਡ ਪਲਾਨ ਵਿੱਚ ਕਿੰਨੇ ਪੈ ਰਹੀ ਹੈ ਸ਼ਾਮ ਤੇ ਮਿਹਨਤ ਨਾਲ ਸਫਲਤਾ ਮਿਲਦੀ ਹੈ। ਤੂੰ ਮਿਹਨਤ ਤੋਂ ਘਬਰਾਉਣੀ ਨੇ, ਗਲਤੀਆਂ ਕੀਤੀਆਂ ਸੀ ਤੇ ਕੀਤੀਆਂ ਵੀ ਮੈਨੂੰ ਲੱਗਦੇ 48 ਹੋ ਗਏ, ਕਹਿੰਦੇ ਗੱਲਾਂ ਟਿਕਾਣੇ ਆ 39 ਰਹਿ ਗਏ, ਕਹਿੰਦੇ ਹੋ ਜਾਂਦੇ ਆ ਤੇ ਮੁੰਡਾ ਸਾਹਮਣੇ ਕਹਿੰਦੇ ਬਾਹਰ ਬੋਲੀ ਫਿਰ ਤੋਂ ਕਹਿੰਦੇ ਪਿਆਰ ਪਰ ਪਿਆਰ ਹੈ ਇਹੀ ਬਾਲ ਸਾਹਮਣੇ ਜੀਵਨ ਕਰੀ ਆ ਰਹਿ ਗਏ ਕਮਲ ਪੰਡੋਰੀ ਪਿੰਡ ਵਾਲਾ ਆਓ ਸਾਹਮਣੇ ਕਿਹੜੇ ਪੰਡੋਰੀ ਪਿੰਡ ਵਾਲਾ ਸ਼ਹਿਰ ਵਾਲਾ ਭਾ ਰਹੇ ਹੈ ਵੀ ਹੋ ਤਗੜਾ ਨਾਜਵਾਨਾ ਤਾਂ ਵੀ ਕੰਨੋ ਦਾ ਕੱਲ ਨੂੰ ਘੋੜਾ ਬਾਈ ਸ਼ਹਿਰ ਆਓ ਸਾਹਮਣੇ ਸਾਡੇ ਮੋਗੇ ਜਿਹੜੇ ਲੱਗਦੀ ਹੈ ਆਓ ਸਾਹਮਣੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਬਾਲ ਪਾਉਣ ਕਹਿੰਦੇ ਪਿਆਰ ਪਰ ਪਿਆਰ ਹੈ ਔਰ ਖੇਡ ਮੈਦਾਨ ਵਿੱਚ ਕਹਿੰਦੇ ਗਬਰੂ ਇਸ ਵੇਲੇ ਕਹਿੰਦੇ ਸ਼ਾਮ ਵਾਲਾ ਪਾ ਰਿਹਾ ਹੈ ਸ਼ਾਮ ਉਹ ਵੀ ਹੋ ਗਈ ਹੈ ਤੇ ਕਈਆਂ ਦੀ ਸ਼ਾਮ ਕਿੰਨੀ ਮੇਰੇ ਵੀਰੋ ਦੇਖ ਰਹੀ ਹੈ ਔਰ ਸਾਹਮਣੇ ਵੇਖਿਆ ਵੀ ਮੇਰੇ ਵੀਰੋ ਖੇਡ ਮੈਦਾਨ ਵਿੱਚ ਵੀ ਸ਼ਾਮਾਂ ਢਾਲੂ ਆਈਆਂ ਕਿਹਨੂੰ ਮਹਿਲੀਆਂ ਬਣਾਈਆਂ ਕਹਿ ਟੀਮਾਂ ਦੇ ਪਲੇਅਰ ਆਪਾਂ ਲਾਉਣੀ ਨੀ ਉਹ ਦੇਰ ਜਿਹਨੇ ਜਿੱਤ ਵਾਲੇ ਝੰਡੇ ਆਪਾਂ ਗੱਡ ਮਿੱਤਰੋ ਲੋਕੀ ਕੀ ਕੰਮ ਧੁੰਦਾ ਬੈਠੇ ਸਨ ਸ਼ਾਂਤ ਮਿੱਤਰੋ ਅੱਜ ਨਾਨਕ ਨਗਰੀ ਖੇਡੂ ਦੇ ਵਿੱਚ ਵੱਡਾ ਕੱਪ ਰਹਿ ਗਏ 12 ਬਾਲਾਂ ਦੇ ਵਿੱਚ ਗੁਰੀ ਕੱਕੋ ਆਊਟ ਹੋ ਗਿਆ ਮੇਰੇ ਪਹਿਲੀ ਬਾਲ ਤੇ ਹੀ ਤੁਸੀਂ ਮੈਚ ਦੇਖਿਆ ਨੀ ਪੂਰਾ ਅੱਜ ਕੱਲ ਵੱਧ ਗਿਆ ਕ੍ਰਿਕਟ ਦਾ ਕ੍ਰੇਜ ਇਹਦੀ ਗੱਲ ਜਿਹੜੀ 16 ਨੇ ਸੱਚ ਮਿੱਤਰੋ ਕ੍ਰਿਕਟ ਦਾ ਕ੍ਰੇਜ ਹੈ 68 ਹੋ ਗਏ 61 26 ਰਹਿ ਗਏ ਖੇਡ ਮੈਦਾਨ ਵਿੱਚ 36 ਰਹਿ ਗਏ 12 ਬਾਲਾਂ ਵਾਕੀ ਵਾਕੀ ਲਓ ਸਾਹਮਣੇ ਵੇਖੀਏ ਬਾਲ ਕਿਵੇਂ ਪੈਂਦੀ ਹੈ ਬਾਲ ਪੰਗ ਨਹੀਂ ਪੈਂਦਾ ਅੱਗੇ ਵੱਲ ਵਧੇ ਅੰਕੂ ਕਿਵੇਂ ਬਾਲਾਂ ਧਾ ਰਹੇ ਹੈ ਆਹ ਜੀਵਨਪੁਰੀ ਹੈ ਘੁੰਮ ਸਕਦਾ ਸੀਗਾ ਪਰ ਖੇਡ ਮੈਦਾਨ ਵਿੱਚ ਕਹਿੰਦੇ 4 ਸਕੋਰ ਜਿਹੜੇ ਫਿਰ ਗਏ ਬਾਕੀ 4 ਸਕੋਰ ਜਿਹੜੇ ਜਾ ਜੁੜਿਆ ਸਾਹਮਣੇ ਵੇਖੀਏ ਜੀਵਨ ਕਰੀਏ ਹੁਣ ਤੇ
ਕਹਿੰਦਾ ਵੀ ਇੱਕ ਪਾਸਾ ਕਰ ਦੇਣਾ, ਹੁਣ ਦੇ ਕਹਿੰਦਾ ਵੀ ਇੱਕ ਪਾਸਾ ਕਰ ਦੇਣਾ, ਛੱਕਾ ਕਹਿੰਦੇ ਆਹ ਵੱਜਿਆ, ਚੌਕਾ ਪਹਿਲਾਂ ਵੱਜਿਆ, 16 ਰਹਿ ਗਏ ਮੇਰੇ ਹਿਸਾਬ ਦੇ ਨਾਲ ਬਣ ਕੇ ਵਾਲੇ ਆ, ਉਹ ਗੱਲਾਂ ਲੱਗੀਆਂ ਟਿਕਾਣੇ ਤੇ ਸਾਹਮਣੇ ਹੁਣ ਆਓ ਸਾਹਮਣੇ ਮੇਰੇ ਜਿਹੜੇ ਖੇਡ ਮੈਦਾਨ ਦੇ ਪਿਛਲੇ ਖਿਡਾਰੀ ਉਹ ਲੋਕ ਵਾਪਸ ਹੈ, ਹੁਣ 16 ਰਹਿ ਗਏ, ਹੁਣ ਵੀ ਮੈਚ ਬਣੋਗਾ, ਹੁਣ ਵੀ ਮੈਚ ਬਣੋ, ਲਾਸਟ ਓਵਰ ਤੱਕ ਜਾਊਗਾ, ਇਹ ਗੱਲ ਕਲੀਅਰ ਹੋ ਚੁੱਕੀ ਹੈ ਵੀ ਮੈਚ ਲਾਸਟ ਓਵਰ ਤੱਕ ਜਾਊਗਾ ਹੀ ਜਾਊਗਾ। ਖੇਡ ਮੈਦਾਨ ਵਿੱਚ ਮੇਰੇ ਵੀਰੇ 9 ਬਾਲਾਂ ਰਹਿ ਗਏ, 9 ਬਾਲਾਂ ਕਿਤੇ 16 ਜਿਹੜੀ ਬਾਕੀ ਆ, ਜਿਆ ਤਿੰਨ ਕਿਤੇ ਸਰੇਰੀਆਂ ਪੈ ਗਈਆਂ, ਫੇਰ ਅਗਲੇ ਚ ਕਹਿ ਸਕਦਾ ਵੀ ਕੁਝ ਨਾ ਕੁਝ ਹੋਊ ਜ਼ਰੂਰ, ਫਿਰ ਕਹਿ ਸਕਦਾ ਵੀ ਅਗਲੇ ਓਵਰ ਦੇ ਵਿੱਚ ਗੱਲਾਂ ਲੱਗਣਗੀਆਂ ਟਗਾਉਣੇ ਨਾਲ ਪਾਉਂਦੇ ਨੇ ਅੰਕੂ ਕੋੜਾ ਜਿਹੜੇ ਤਿਆਰ ਵਰਤਿਆ ਪਟੋਰੀ ਵਾਲਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਗੱਲਾਂ ਪੈਂਦੀਆਂ ਨੇ ਤੇ ਸਾਹਮਣੇ ਤੱਕੀਏ ਉਹ ਨੌਜਵਾਨ ਤਿਆਰ ਬੇਟਾ ਸ਼ਹਿਰ ਦੇ ਕਰਨ ਦੇ ਵਾਧੇ ਜਿਹੜੇ ਜਾ ਜੁੜੇ ਆ ਮੇਰੇ ਮਿੱਤਰੋ ਇੱਕ ਤੋਂ ਜਾ ਜੁੜੇ ਆ ਤੇ ਗੱਭਰੂ ਕਹਿੰਦੇ ਸਾਹਮਣੇ ਗੁਰੀ ਕਹਿੰਦੇ ਆ ਗਏ ਹੈ ਸਾਹਮਣੇ ਤਿਆਰ ਹੈ ਲਾ ਗੁਰੀ ਸਜਮੌਰ ਪਿੰਡ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਪਿਛਲੇ ਕਿਤੇ ਉਹ ਆ ਗਿਆ ਚਸ਼ਮੇ ਵਾਲਾ ਮੁੰਡਾ ਅੱਠ ਵਾਲਾ ਦਵਿੰਦਰ ਉਹਦਾ ਨਾਂ ਦਵਿੰਦਰ ਨੇ ਮੇਰੇ ਵੀਰੋ 15 ਰਹਿੰਦੇ ਹੋਣਗੇ ਦਵਿੰਦਰ ਆ ਬਾਈ ਅੱਠ ਵਾਲਾ ਤੇ 15 ਰਹਿੰਦੇ ਹੋਣਗੇ ਪੈਂਦਾ ਸਾਹਮਣੇ ਕਿੱਦਾਂ ਸਾਫ ਕਰਾ ਲੈਣਾ ਸਾਫ ਕਰੀਏ ਬਾਈ ਫਿਰ ਮੈਚ ਦੇ ਵਿੱਚ ਲੈ ਸਕਦਾ ਬਣੇ ਰਹਿਣਾ ਟੀਮ ਨੇ ਵੀ ਗੱਲ ਪੱਕੀ ਹੈ ਮੈਚ ਲੱਗਣਾ ਬਾਲ ਪੈ ਗਈ ਉਹ ਸਾਹਮਣੇ ਆਓ ਰਣ ਫੇਰ ਚਾਰ ਸੱਤ ਰਹਿ ਗਏ ਵੀਰੇ ਛਿਆਂ ਦੇ ਵਿੱਚ ਸੱਤ ਸਕੋਰ ਜਿਹੜੇ ਬਾਕੀ ਆ 80 ਬਣ ਗਏ ਤੇ 87 ਬਣਾਉਣੇ ਆ ਤੇ ਆਓ ਜੀ ਰਹਿ ਗਏ ਆਓ ਵੀਰ ਜੀ ਆਓ ਜੀ ਆਓ ਜੀ ਅਗਲਾ ਬੰਦ ਸੱਤ ਰਹਿ ਗਏ ਵੀਰੇ ਕਿਆ ਬਾਤ ਹੈ ਨਜ਼ਰ ਆ ਕਿਤੇ ਹੋਰ ਮੈਚ ਕਿਤੇ ਹੋਰ ਵੀਰੇ ਹੋਣਾ ਹੀ ਆ ਕਿਉਂਕਿ ਬਹੁਤ ਪੂਰੇ ਸੂਰਜ ਪੈਂਦਾ ਨਾ ਬਿਲਕੁਲ ਗੇਸਟ ਪੈਂਦੀ ਆ ਬਾਲਾ ਸੱਤ ਰਹਿ ਗਏ 6 ਬਾਲਾ ਸੱਤ ਰਹਿ ਗਏ ਸਾਹਮਣੇ ਬਾਲ ਪੰਡ ਲਈ ਦਿਨੇਸ਼ ਵੱਡਾ ਪਿਆਰ ਲਓ ਸਾਹਮਣੇ ਵੇਖੀਏ ਵੱਡਾ ਕਹਿੰਦੇ ਪਿਆਰ ਵਰਪਿਆਰ ਆਇਆ ਦਵਿੰਦਰ ਸਜਮੌਰ ਦੀ ਧਰਤੀ ਦਾ ਪੰਡੋਰੀ ਵਾਲੇ ਮੁੰਡੇ ਦੀ ਕਹਿੰਦੇ ਬਾਲਾਂ ਉਹ ਜਿਹੜੀਆਂ ਪੈਂਦੀਆਂ ਨੇ ਤੇ ਸਾਹਮਣੇ ਖੇਡਿਆ ਗਿਆ ਸ਼ਾਟ ਤੇ ਇੱਕ ਰਨ ਦੇ ਕਹਿੰਦੇ ਬਾਂਦੇ ਆ ਦੂਜੇ ਦੀ ਟਰਾਈ ਜਿਹੜੀ ਨਾਇਵਾਂ ਨੇ ਉਹ ਕਰਨੀ ਹੈ ਤੇ ਰਨ ਕਹਿੰਦੇ 2 ਜਿਹੜੇ ਜਾ ਜੁੜੇ ਆ ਮੇਰੇ ਮਿੱਤਰੋ ਹੁਣ ਕਹਿੰਦੇ ਮੇਰੇ ਕੋਲ 5 ਬਾਲਾਂ 5 ਰਹਿ ਗਏ 5 ਬਾਲਾਂ 5 ਰਹਿ ਗਏ ਮੇਰੇ ਵੀਰੋ ਖੇਡ ਮੈਦਾਨ ਵਿੱਚ ਬਾਕੀ 5 ਬਾਲਾਂ 5 ਜਿਹੜੇ ਬਾਕੀ ਆ ਕਹਿੰਦੇ ਆ ਗਿਆ ਮੁੰਡਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਾਂ ਵੱਡਾ ਵਾਲਾ ਜਿਹੜਾ ਮੁੰਡਾ ਸਾਹਮਣੇ ਪਰ ਪੈਗੀ ਬਾਲ ਥੱਲੇ ਕਾਰਤਿਕ 4-5 ਰਹਿ ਗਏ ਮੈਚ ਫਸ ਗਿਆ ਕਾਰਤਿਕ 4-5 ਰਹਿ ਗਏ ਹੁਣ ਕਹਿੰਦੇ ਮੇਰੇ 4 ਬਾਲਾਂ 5 ਰਹਿ ਗਏ
ਦੁਬਾਰਾ ਮੌਕਾ ਮੈਨੂੰ ਸਾਡਾ ਮੈਨੂੰ ਲੱਗਦਾ 11 ਤਰੀਕ ਨੂੰ ਹੋਰ ਦਾ ਚਾਰ ਬਾਲ ਤੇ ਕਿਹੜੇ ਮੇਰੇ ਵੀਰੇ ਪੰਜ ਰਹਿ ਗਏ ਚਾਰ ਗਲਾਂ ਵਿੱਚ ਸਾਹਮਣੇ ਹੁਣ ਮੇਰਾ ਸਿੰਗਲ ਦੇ ਵੀ ਮੁੰਡੇ ਲਾ ਲਏ ਵੀ ਸਿੰਗਲ ਲਾ ਦੇ ਚਾਰ ਵਾਲਾ ਪੰਜ ਦਰੇਸ਼ ਅਗਲੀ ਬਾਲ ਸਾਹਮਣੇ ਤਿੰਨ ਵੱਡਾ ਕਹਿੰਦੇ ਮੇਰੇ ਵੀਰੇ ਖੇਡ ਗਰਾਉਂਡ ਵਿੱਚ ਇਸ ਵੇਲੇ ਤਿਆਰ ਆ ਸਜਮੌਰ ਦੀ ਧਰਤੀ ਦਾ ਤਿੰਨ ਸਾਹਮਣਾ ਕਰ ਰਿਹਾ ਵੀਰ ਜੀ ਜਲਦੀ ਜਲਦੀ ਤਿਆਰ ਹੈ ਸਾਹਮਣੇ ਸਜਮੌਰ ਪਿੰਡਾ ਗੱਭਰੂ ਦਾ ਜਿਹੜਾ ਕਹਿੰਦੇ ਸਾਹਮਣੇ ਬੈਗੀ ਬਾਲੀ ਗਲਤੀ ਕੋਈ ਨੀ ਉਹ ਸਾਹਮਣੇ ਕੋਈ ਗੱਲ ਨੀ ਕੋਈ ਗੱਲ ਨੀ ਹੋ ਜਾਂਦਾ ਹੈ ਵੱਡਾ ਨਵੀਂ ਉਮਰ ਦਾ ਕੋਈ ਗੱਲ ਨੀ ਆਓ ਸਾਹਮਣੇ ਕਰਕੇ ਵੱਡੇ ਵਾਲੇ ਲੈਣ ਆਓ ਸਾਹਮਣੇ ਹੁਣ ਗੁਲਾਬ ਤਿੰਨ ਵਾਲਾ ਚਾਰ ਰਹਿ ਗਏ ਤਿੰਨ ਵਾਲਾ ਚਾਰ ਉਰੀ ਸਜਮੌਰ ਵਾਲਾ ਆ ਖੜਾ ਹੈ ਇਹੀ ਘਰੂ ਕੰਮ ਜੇ ਕੀਤਾ ਇਹਨੇ ਚੌਦਾਂ ਛੱਕਾ ਮਾਰਨਾ ਕੋਈ ਨਾ ਕੋਈ ਸਿੰਗਲ ਦੇ ਨਾਲ ਤੇ ਮੈਚ ਫਸ ਸਕਦਾ ਹੈ ਪਰ ਜੇ ਛੱਕਾ ਚੱਕਾ ਵੱਜ ਗਿਆ ਤੇ ਮੈਚ ਨਿਕਲ ਜਾਂਦਾ ਫਿਰ ਤੇ ਗੱਲੇ ਖਤਮ ਹੋ ਜਾਣੀ ਹੈ ਫਿਰ ਮੈਚ ਉੱਥੇ ਸਮਾਪਤ ਹੋ ਜਾਣਾ ਲਵੀ ਪਾ ਜਾਂਦਾ ਲਈ ਦਿਨੇਸ਼ ਇੱਕ ਵਾਰ ਦੌੜ ਪਾਉਣੀ ਪੈਣੀ ਹੈ ਫਿਰ ਹੋਰ ਵਧੀਆ ਲੱਗਣਾ ਮੈਚ ਲਾਈ ਜਾਂਦਾ ਨਾ ਤਿੰਨ ਵਾਲਾ ਚਾਰ ਬੱਲੇ 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 ਦੋ ਬਾਲਾ ਇੱਕ ਜੁੜ ਗਿਆ ਹੋਰ ਦੋ ਬਾਲਾ ਤਿੰਨ ਹੋਰ ਦੋ ਬਾਲਾ ਤਿੰਨ ਰਹੇ ਦੋ ਬਾਲਾ ਤਿੰਨ ਤਿੰਨ ਰਹਿ ਗਏ ਤਿੰਨ ਰਹਿ ਗਏ ਵੀ ਬਹਿ ਗਏ ਲੋਕੋ ਲੈਣ ਛੱਡ ਕੇ ਜੇ ਸਾਨਾਂ ਦੀਆਂ ਟੱਕਰਾਂ ਨੇ ਵੇਖਣੀ ਆ ਜੋ ਕ੍ਰਿਕਟ ਨੂੰ ਕਰਦੇ ਪਿਆਰ ਦੋ ਬਾਲਾ ਤਿੰਨ ਰਹਿ ਗਏ ਬਹਿ ਗਏ ਲੋਕੋ ਲੈਣ ਛੱਡ ਕੇ ਜੇ ਸਾਨਾਂ ਦੀਆਂ ਟੱਕਰਾਂ ਨੇ ਵੇਖਣੀ ਆ ਮੈਚ ਚੁੱਟੀ ਆ ਟੱਕਰ ਸਿਰੇ ਦੀ ਆ ਦੋ ਬਾਲਾ ਤਿੰਨ ਦੋ ਬਾਲਾ ਅਮਰਜੀਤ ਭਾਜੀ ਦਿਨੇਸ਼ ਨੇ ਬੇਨਤਾ ਪਿੰਡ ਦੇ ਦਿਨੇਸ਼ ਪਿੰਡ ਵਾਲੇ ਖਿਡਾਰੀ ਆ ਕੰਬਲ ਹੋ ਗਿਆ ਮੈਚ ਬਰਾਬਰ ਇੱਕ ਜੇਕ ਰਹਿ ਗਿਆ ਇੱਕ ਜੇਕ ਰਹਿ ਗਿਆ ਹੁਣ ਤੇ ਵਾਟਰ ਕੂਲਰ ਵੱਲ ਵੀ ਨਿਗਾਹ ਨਹੀਂ ਸਾਹਮਣੇ ਇੱਕ ਵਾਰ ਇੱਕ ਰਹਿ ਗਿਆ ਅਮਰਜੀਤ ਹੀ ਆ ਬਾਈ ਇੱਕ ਰਹਿ ਗਿਆ ਵੀਰੇ ਇੱਕ ਚ ਇੱਕ ਚਾਰ ਆਊਟ ਹੋ ਗਏ ਕੋਈ ਗੱਲ ਨੀ ਕੋਈ ਗੱਲ ਨੀ ਖੇਡ ਮੈਦਾਨ ਦੇ ਚ ਕਿਆ ਬਾਤ ਹੈ ਇੱਥੇ ਮੈਚ ਫਸ ਗਿਆ ਇੱਕ ਵਾਰ ਇੱਕ ਰਹਿ ਗਿਆ ਮੈਨੂੰ ਲੱਗਦਾ ਕਿਤੇ ਟੂਰਨਾਮੈਂਟ ਦਾ ਸੁਪਰਓਵਰ ਲੱਗਦਾ ਦੀਆ ਲੋਕੀ ਗੱਲਾਂ ਕਰ ਰਹੇ ਆ ਵੀ ਜੇ ਸੁਪਰਓਵਰ ਲੱਗ ਗਿਆ ਮੈਚ ਵੇਲੋ ਦੋ ਤਿੰਨ ਵਾਰੀ ਬਦਲ ਗਿਆ ਐਲਾਨ ਕਰ ਰਿਹਾ ਜੇ ਡਾਟ ਵਾਲ ਪੈ ਗਈ ਜੇ ਸੁਪਰ ਓਵਰ ਲਵਾ ਦੋ ਮੁੰਡੇ ਨੇ ਰੁਪਈਆ ਪੰਜ ਸੌ ਪੰਡੋਰੀਆ ਦ੍ਰਿਸ਼ ਫੌਜਾਂ ਨੇ ਘੇਰਾ ਪਾ ਲਿਆ ਦੋ ਬੱਲੇਬਾਜ਼ਾਂ ਨੂੰ ਆਹੋ ਫੌਜਾਂ ਨੇ ਘੇਰਾ ਪਾ ਲਿਆ ਹੁਣ ਇਹ ਧੜਕਣਾਂ ਦਿਲਾਂਦੀਆਂ ਤੇ ਜਿੱਤ ਗਏ ਸਜਮੌਰ ਬਾਈ ਮੈਚ ਕਿਵੇਂ ਲਗਿਆ ਤੇ ਪੂਲ ਕਲੀਅਰ ਕਰ ਗਏ ਸਜਮੌਰ ਗੁਰੀ ਬਹੁਤ ਤਕੜਾ ਖੇਡਿਆ
ਤੇ ਅੱਜ ਦੀਆਂ ਪੂਲ ਕਲੀਅਰ ਟੀਮਾਂ ਤੇ ਮਹਿਰਾਜ ਕੱਲ ਦੇ ਮੈਚਾਂ ਚ ਮਿਲਦੇ ਆ ਵੀਰੇ, ਥੋੜੀ ਦੇਰ ਤੱਕ ਪੋਸਟ ਪਾ ਦਿਆਂਗੇ, ਕਿਵੇਂ ਲੱਗਿਆ ਮੈਚ ਜਰੂਰ ਦੱਸਿਓ। ਬਹੁਤ ਬਹੁਤ ਧੰਨਵਾਦ ਵੀਰੇ, ਪੰਡੋਰੀ ਟੀਮ ਦਾ ਨਾਗ ਸਪੈਸ਼ਲ ਤੌਰ ਤੇ ਖੇਡਣ ਲਈ ਪੁੱਜਿਆ ਕਲਕੱਤੇ ਤੋਂ, ਤੇ ਬਹੁਤ ਸੋਹਣਾ ਖੇਡਿਆ ਵੀ ਆ ਤੇ ਨਾਲ ਉਹਦੇ ਕਾਰਤਿਕ ਵੀ ਚੰਗਾ ਖੇਡਿਆ, ਅੰਕੂ ਵਧੀਆ ਖੇਡਿਆ, ਸ਼ਾਮ ਪੰਡੋਰੀ ਬਹੁਤ ਸੋਹਣਾ ਖੇਡਿਆ। ਧੰਨਵਾਦ ਭਰਾਵਾਂ ਦਾ, ਪੇਜ ਨੂੰ ਫਾਲੋ ਕਰ ਦੇ ਵਿੱਚ, ਬਾਅਦ ਦੇ ਵਿੱਚ ਲਿੰਕ ਲੁੰਕ ਸ਼ੇਅਰ ਕਰਕੇ ਫਾਲੋ ਕਰਾ ਦਿਓ, ਕੱਲ ਤੱਕ 10,000 ਫਾਲੋਅਰ ਪੂਰੇ ਕਰ ਦਿਓ ਤੇ ਕੱਲ ਮੈਂ ਮਿਲਾਂਗਾ ਨੀ ਤੁਹਾਨੂੰ ਵੀਰੇ, ਮੇਰੀ ਮਾਤਾ ਜੀ ਦੀ ਦਾ ਪੈਰ ਖਰਾਬ ਹੋਗਾ, ਉਹਦਾ ਟ੍ਰੀਟਮੈਂਟ ਕਰਾਉਣਾ, ਤੇ ਤੁਹਾਨੂੰ ਮਿਲੂੰਗਾ ਮੈਂ 11 ਤਰੀਕ ਨੂੰ। ਧੰਨਵਾਦ ਵੀਰੇ।